दुनिया ते जिहड़ा पहला सिक्का बनिया सी उह 6th सेंचुरी BC बनिया सी, बैक सेंचुरी मतलब अज तो जे लाइए तो लगभग 2650-2700 साल पहला। ये सारे औरंगजेब के सिक्के ने जिमें RY34 लिखा सारा मिंटो इटावा का सिक्का आया मिंटो इटावा तुसी नाल लिखी हुई है जी भी गद्दी का किन्नवा राज साल सीगा ये 34वां साल सीगा जी गद्दी का। ਫਾਰੁਕ ਸ਼ਿਆਰ ਦੇ ਨੇ, ਸ਼ਾਹ ਆਲਮ ਦੇ ਨੇ, ਮੁਹੱਬਤ ਖਾਨ ਦੇ ਨੇ, ਸ਼ਾਹਜਹਾਂ ਦੇ ਨੇ, ਤੇ ਕਿਹਾ ਜਾਂਦਾ ਸੀ ਵੀ ਫਲਾਨੇ ਬੰਦੇ ਦਾ ਸਿੱਕਾ ਚੱਲਦਾ ਤੇ ਉਹ ਇੱਥੇ ਤੁਸੀਂ ਜਿੱਦ ਦਿਖਾਇਆ ਇਹ ਸਾਰਾ ਵੀ ਓਰਿਜਿਨਲ ਦਿਖਾ ਦਿੱਤੇ ਵੀ ਹਾਂ ਆਹ ਬੰਦਿਆਂ ਦੇ ਉਦੋਂ ਉਦੋਂ ਸਿੱਕੇ ਚੱਲਦੇ ਸੀ। ਨਵਾਬ ਭੀਖਣ ਖਾਂ ਇਹ ਉਹਨਾਂ ਦਾ ਸਿੱਕਾ ਜੀ, ਤੇ ਬਹਾਦਰ ਖਾਂ, ਅਸਦੁੱਲਾ ਖਾਂ। ਤਰਤੀਬ ਦੇ ਵਿੱਚ ਤੁਸੀਂ ਤਰੀਕਾਂ ਵੀ ਨਾਲ ਲਿਖੀਆਂ ਨੇ, 1759 ਤੋਂ 1763 ਤੱਕ ਇਹਦਾ ਸਿੱਕਾ ਚੱਲਿਆ ਹੈ ਨਾ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ, ਕਿਉਂਕਿ ਲੰਮੀ ਜਦੋਜਹਿਦ ਕਰਨੀ ਪਈ ਹੋਵੇਗੀ ਇਹਨਾਂ ਨੂੰ ਇਕੱਠਿਆਂ ਕਰਨ। ਹਾਂਜੀ, ਜਿਹੜਾ ਇਹ ਸਿੱਕਾ ਤੁਸੀਂ ਲੱਗਿਆ ਦੇਖ ਰਹੇ ਹੋ ਇਹ ਤਾਂ ਬਹੁਤ ਘੱਟ ਆ, ਅਤੇ ਜਿਹੜਾ ਮਤਲਬ ਆਪਣੇ ਕੋਲ ਕਲੈਕਸ਼ਨ ਦੇ ਵਿੱਚ ਮੇਰੇ ਕੋਲ ਸਿੱਕਾ ਹੈਗਾ ਉਹ ਲਗਭਗ 17-18 ਹਜ਼ਾਰ ਸਿੱਕਾ ਹੈਗਾ ਜੀ। ਹਰੇਕ ਨੇ ਆਪਦੇ ਨਾਂ ਦਾ ਸਿੱਕਾ ਚਲਾਇਆ, ਪਰ ਇੱਕੋ ਇੱਕ ਰਾਜਾ ਸੀ, ਇੱਕੋ ਇੱਕ ਮਤਲਬ ਸਿੱਖ ਰਾਜ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਨਾਂ ਦਾ ਸਿੱਕਾ ਨਹੀਂ ਚਲਾਇਆ, ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਿੱਕਾ ਚਲਾਇਆ, ਜਿਹਦੇ ਉੱਪਰ ਲਿਖਿਆ ਹੁੰਦਾ ਅਕਾਲ ਸਹਾਇ ਗੁਰੂ ਨਾਨਕ ਜੀ। ਜਿਵੇਂ ਜਿਵੇਂ ਵੀ ਰਾਜ ਚੇਂਜ ਹੁੰਦਾ ਗਿਆ ਅਤੇ ਉਵੇਂ ਉਵੇਂ ਫਿਰ ਇਹ ਸਿੱਕੇ ਦਾ ਜਿਵੇਂ ਕਹਿ ਲਓ ਰੂਪ ਵੀ ਬਦਲਦਾ ਗਿਆ, ਉਹਨਾਂ ਦੇ ਉੱਪਰ ਜਿਹੜੀ ਇਬਾਰਤ ਆ ਉਹ ਵੀ ਬਦਲਦੀ ਗਈ। ਇਨਸਾਨ ਨੂੰ ਵੱਖਰੇ ਵੱਖਰੇ ਸ਼ੌਂਕ ਹੁੰਦੇ ਨੇ, ਜਿਵੇਂ ਅੱਜ ਦੇ ਸਮੇਂ ਦੀ ਗੱਲ ਕਰੀਏ, ਕੋਈ ਖੇਤੀ ਵਧੀਆ ਢੰਗ ਦੇ ਨਾਲ ਨਿਵੇਕਲੇ ਢੰਗ ਦੇ ਨਾਲ ਕਰਨ ਦਾ ਸ਼ੌਂਕ ਰੱਖਦਾ ਹੈ, ਕੁਝ ਇਨਸਾਨ ਪਸ਼ੂ ਪਾਲਦੇ ਨੇ ਅਤੇ ਵਧੀਆ ਤਰੀਕੇ ਦੇ ਨਾਲ ਨਿਵੇਕੇ ਢੰਗ ਦੇ ਨਾਲ ਜਿਹੜੇ ਹੈਗੇ ਨੇ ਉਹ ਪਸ਼ੂਆਂ ਦੀ ਪਾਲਣਾ ਕਰਦੇ ਨੇ, ਪਰ ਜੋ ਚੀਜ਼ ਅੱਜ ਤੁਹਾਨੂੰ ਅਸੀਂ ਦਿਖਾਉਣੀ ਹੈ ਦਰਸ਼ਕੋ, ਇਹ ਇੱਕ ਨਿਵੇਕਲੀ ਅਤੇ ਵੱਖਰੀ ਹੈ। ਉਹ ਇਹ ਚੀਜ਼ ਹੈ ਵੀ ਸਿੱਕੇ ਤੁਸੀਂ ਸੁਣੇ ਹੋਣਗੇ, ਪੁਰਾਤਨ ਸਿੱਕੇ। ਅਸੀਂ ਜਿੱਥੇ ਕੁ ਤੱਕ ਸਾਡਾ ਦਿਮਾਗ ਜਾਂਦਾ, ਬਹੁਤ ਦੂਰ ਜਾ ਕੇ ਸਾਨੂੰ ਸੋਚਣਾ ਪਵੇਗਾ ਵੀ ਸਿੱਕਿਆਂ ਦੀ ਖੋਜ ਕਿਵੇਂ ਹੋਈ, ਕਦੋਂ ਤੋਂ ਹੋਈ, ਰਾਜੇ ਮਹਾਰਾਜਿਆਂ ਨੂੰ ਕੀ ਜ਼ਰੂਰਤ ਪਈ ਸਿੱਕਿਆਂ ਦੀ ਖੋਜ ਕਰਨ ਦੀ, ਉਹ ਸਿੱਕੇ ਸਨ ਜਿਹੜੇ ਉਹ ਕਿਹੜੇ ਕਿਹੜੇ ਢੰਗ ਦੇ ਸਿੱਕੇ ਸਨ ਅਤੇ ਕਿਵੇਂ ਵਰਤੇ ਜਾਂਦੇ ਸੀ, ਇਹ ਸਾਰੇ ਸਵਾਲ ਨੇ। ਵੀਰ ਜੀ ਹੁਣੀ ਸਾਡੇ ਨਾਲ ਨੇ, ਮੰਡੀ ਅਹਿਮਦਗੜ੍ਹ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਹੈ ਅਤੇ ਅਸੀਂ ਉੱਥੇ ਖੜ੍ਹੇ ਹਾਂ। ਵੀਰ ਜੀ ਸਾਡੇ ਨਾਲ ਨੇ, ਪਰਮਿੰਦਰ ਸਿੰਘ ਜੀ, ਗੱਲਬਾਤ ਕਰਦੇ ਹਾਂ। ਵੀਰ ਜੀ, ਸ਼ੁਰੂਆਤੀ ਦੌਰ ਦੇ ਵਿੱਚ ਸਾਡਾ ਸਵਾਲ ਇਹ ਹੈ ਵੀ ਸ਼ੌਂਕ ਕਿਵੇਂ ਪੈਦਾ ਹੋਇਆ? ਇੱਕ ਵਾਰ ਦਿਮਾਗ ਚਕਰਾ ਜਾਂਦਾ ਇਹ ਚੀਜ਼ ਸੁਣ ਕੇ ਵੀ ਯਾਰ ਆਹ ਚੀਜ਼ਾਂ ਜਿਹੜੀਆਂ ਤੁਸੀਂ ਰੱਖੀ ਬੈਠੇ ਹੋ, ਇੰਨੇ 100 ਸਾਲ ਪੁਰਾਣੀਆਂ ਚੀਜ਼ਾਂ ਕਿਵੇਂ ਇਕੱਠੀਆਂ ਕਰਨੀਆਂ, ਕਿੱਥੋਂ ਸ਼ੌਂਕ ਪੈਦਾ ਹੋਇਆ? ਸ਼ੁਰੂਆਤੀ ਦੌਰ 'ਚ ਦੱਸੋ ਵੀ ਸ਼ੌਂਕ ਕਿਵੇਂ ਬਣਿਆ। ਪਹਿਲਾਂ ਤਾਂ ਸੁਰਖਾਬ TV ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਗੱਲ ਤੁਸੀਂ ਸ਼ੌਂਕ ਦੀ ਕੀਤੀ ਆ, ਅਤੇ ਸ਼ੌਂਕ ਜਦੋਂ ਮੈਂ ਬਚਪਨ ਦੇ ਵਿੱਚ ਜਿਵੇਂ ਕਹਿ ਲਓ ਛੋਟਾ ਜਿਹਾ ਸੀਗਾ, ਅਤੇ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ, ਉਹਨਾਂ ਨੇ ਉਸ ਟਾਈਮ ਮੈਨੂੰ ਜਿਹੜੇ ਆਨੇ ਧੇਲੇ ਗਲੀ ਵਾਲੇ ਪੈਸੇ ਹੁੰਦੇ ਨੇ ਤੁਸੀਂ ਦੇਖੇ ਹੋਣੇ ਛੋਟੇ ਛੋਟੇ ਹੁੰਦੇ, ਉਹ ਮੈਨੂੰ ਦਿੱਤੇ ਅਤੇ ਉਹਨਾਂ ਨੂੰ ਮੈਂ ਸਾਂਭਣਾ ਸ਼ੁਰੂ ਕੀਤਾ। ਅਤੇ ਫਿਰ ਜਦੋਂ ਆਪਣੇ ਦੋਸਤਾਂ ਦੇ ਘਰਾਂ ਦੇ ਵਿੱਚ ਜਾਣਾ ਪੜ੍ਹਾਈ ਮੌਕੇ ਜਾਂ ਸਕੂਲ ਟਾਈਮ ਦੇ ਵਿੱਚ ਕਹਿ ਲਓ, ਅਤੇ ਉਦੋਂ ਉਹਨਾਂ ਦੇ ਘਰਾਂ 'ਚੋਂ ਵੀ ਲੱਭਣੀਆਂ ਚੀਜ਼ਾਂ, ਕਦੇ ਸਿੱਕਾ ਲੱਭ ਜਾਣਾ, ਕਦੇ ਕੁਛ ਲੱਭ ਜਾਣਾ ਜਾਂ ਫੋਰਨ ਦੇ ਸਿੱਕੇ ਲੱਭ ਜਾਣੇ, ਅਤੇ ਸਟੈਪ ਬਾਈ ਸਟੈਪ ਮੈਂ ਉਹ ਜਾਨੀ ਸਿੱਕਿਆਂ ਨੂੰ ਪਹਿਲਾਂ ਸਾਂਭਣਾ ਸ਼ੁਰੂ ਕੀਤਾ। ਅਤੇ ਉਹ ਜਿਹੜਾ ਮੇਰਾ ਸਾਂਭਣ ਦਾ ਜਿਹੜਾ ਉਸ ਟਾਈਮ ਦਾ ਮੇਰਾ ਸ਼ੌਂਕ ਸੀ, ਉਹ ਅੱਜ ਤੁਹਾਡੇ ਸਾਹਮਣੇ ਹੀ ਆ, ਉਹ ਜਨੂੰਨ ਬਣ ਗਿਆ। ਅਤੇ ਜਿੱਥੋਂ ਵੀ ਕਿਤੋਂ ਵੀ ਮੈਨੂੰ ਪੁਰਾਤਨ ਵਿਰਸੇ ਨਾਲ ਜਾਂ ਆਪਣੇ ਇਤਿਹਾਸ ਦਾ ਨਾਲ ਸੰਬੰਧ ਰੱਖਦੀ ਕੋਈ ਵੀ ਚੀਜ਼ ਮੈਨੂੰ ਮਿਲ ਜਾਂਦੀ ਆ ਤਾਂ ਮੈਂ ਉਹ ਇਕੱਠੀ ਕਰਕੇ ਆਪਣੇ ਘਰ ਦੇ ਵਿੱਚ ਰੱਖਦਾ। ਅਤੇ ਮੇਰਾ ਮੇਨ ਮਕਸਦ ਇਹ ਆ ਵੀ ਆਪਣੀ ਵਿਰਾਸਤ ਨੂੰ ਬਚਾਉਣਾ ਅਤੇ ਨਵੀਂ ਪੀੜ੍ਹੀ ਨੂੰ, ਬੱਚਿਆਂ ਨੂੰ ਵਿਰਾਸਤ ਨਾਲ ਜੋੜਨਾ। ਅਤੇ ਜਦੋਂ ਤੁਹਾਡੀ ਇਹ ਵਿਰਾਸਤ ਨੂੰ ਕੋਈ ਦੇਖਦਾ ਹੋਏਗਾ, ਪ੍ਰਦਰਸ਼ਨੀ ਲਾਉਂਦੇ ਹੋ ਤੁਸੀਂ, ਇੱਕ ਵਾਰ ਤਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੋਏਗਾ ਵੀ ਮੈਂ 1000 ਸਾਲ ਪਿੱਛੇ ਚਲੇ ਗਿਆ। ਬਿਲਕੁਲ ਜੀ, ਅਤੇ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਮੈਂ ਪ੍ਰਦਰਸ਼ਨੀ ਲਾਉਣਾ ਤਾਂ ਜਿਹੜੇ ਉੱਥੇ ਕਾਲਜਾਂ ਦੇ ਪ੍ਰੋਫੈਸਰ ਨੇ ਉਹ ਵੀ ਹੈਰਾਨ ਹੋ ਜਾਂਦੇ ਨੇ, ਕਹਿੰਦੇ ਅਸੀਂ ਪੜ੍ਹਿਆ ਤਾਂ ਬਹੁਤ ਸੀ ਵੀ, ਅਸੀਂ ਪ੍ਰੋਫੈਸਰ ਬਣੇ ਹਾਂ, ਅਸੀਂ ਪੜ੍ਹਿਆ ਤਾਂ ਬਹੁਤ ਸੀ ਵੀ ਇਸ ਤਰ੍ਹਾਂ ਦੇ ਸਿੱਕੇ ਚਲਾਏ, ਇਸ ਤਰ੍ਹਾਂ ਦੀ ਧਾਤ ਦੇ ਹੁੰਦੇ ਸੀ, ਇਸ ਤਰ੍ਹਾਂ ਉਹਨਾਂ ਦਾ ਬਣਨ ਦਾ ਤਰੀਕਾ ਹੁੰਦਾ ਸੀ, ਪਰ ਆਪਦੇ ਅੱਖੀਂ ਅੱਜ ਦੇਖੇ ਨੇ ਅਤੇ ਬੜੇ ਮਤਲਬ ਖੁਸ਼ ਹੁੰਦੇ ਆ ਅਤੇ ਬਹੁਤ ਧੰਨਵਾਦ ਵੀ ਕਰਦੇ ਨੇ। ਪੁਰਾਣੀਆਂ ਕਿਤਾਬਾਂ ਦੇ ਵਿੱਚ ਤਸਵੀਰਾਂ ਕਹਿੰਦੇ ਹੋਣੇ ਆ ਵੀ ਅਸੀਂ ਦੇਖੀ, ਤਸਵੀਰਾਂ ਹੀ ਦੇਖੀਆਂ ਨੇ, ਕਹਿੰਦੇ ਵੀ ਅਸਲੀ ਅੱਜ ਤੁਸੀਂ ਦਿਖਾਏ ਤਾਂ ਬੜੇ ਭਾਵੁਕ ਵੀ ਹੁੰਦੇ ਨੇ, ਖੁਸ਼ ਵੀ ਹੁੰਦੇ ਨੇ,
तो बड़ी वधाई भी देंदे ने। मेन मकसद आ भी अपनी विरासत नूं सांभना। तो ये मतलब सिक्के जिहड़े ने वो लगभग ऐ कह लो भी दुनिया ते जिहड़ा पहला सिक्का बनिया सी वह 6th century BC बनिया सी, बैक सेंचुरी। मतलब अज तो जे लाइए तो लगभग 2650-2700 साल पहला जिहड़ा पहला सिक्का बनिया सी। उस तो पहला सिक्का नहीं सी दुनिया के उपर, उस तो पहला एक्सचेंज सिस्टम सी भी एक वस्तु के बदले दूजी वस्तु लैनी, भी मझ देती तो बकरियां ले लिया तो कणक देती तो मक्की ले ली। उहदे विच की हुंदा सी भी जिहड़ा किसी नूं ज़्यादा नफा हो जाता सी ते किसी नूं ज़्यादा नुकसान हो जाता सी। जदों आपां छोटे छोटे हुंदे सी ते उह घरों कणक दे देनी ते कुल्फियां लै लैणियां, इदां दीआं चीज़ां भी। बिल्कुल जी बिल्कुल। ते उह जिहड़ा इस तरह का सिस्टम सी उहदे विच इक्वल नहीं हुंदा सी सिस्टम। तो उहदे बदले जिहड़ा उस टाइम राजा सी मगध राजा, मगध ने सोचिया भी क्यों ना मतलब भी किसी नूं फायदा हो जाता किसी नूं नुकसान हो जाता भी इहदा कुछ मतलब बदल कढ़िया जावे। तो उस समय उन्होंने एक सिक्के दे रूप दे विच मतलब चांदी दे ते कॉपर दे टुकड़ियां दे उपर कह लो भी मैटल दे पीस टुकड़ियां दे उपर चौरस करके उन्होंने उहदे उपर पंच मार के देना शुरू करता भी जिहड़े कॉपर दे ने भी ये इहनूं अज तों पैसा मन्निया जावे, भी जिहड़े चांदी दे ने उन्होंने रुपईआ मन्निया जावे। तो जिहड़ा उस तरह का जिहड़ा सिस्टम सी ओ उत्थों शुरू होया भी उस सिक्के नूं अज पंच मार्क कॉइन नाल जाणिया जांदा। गूगल ते जाके आपां पंच मार्क कॉइन लिखांगे तां उहदी टोटल हिस्टरी पीरियड ते उहदा रीजन की सी ते उह टोटल किहने शुरू कीता उह सारी हिस्टरी तुहानूं मिल जाएगी। ਉਹ ਤੇ ਗੂਗਲ ਤੇ ਮਿਲ ਜਾਏਗੀ, ਪਰ ਅਸੀਂ ਓਰੀਜਨਲ ਵੀ ਦੇਖਣਾ ਚਾਹੁੰਦੇ ਹਾਂ ਨਾ, ਤੇ ਕਿਉਂਕਿ ਅਸਲੀ ਵੀ ਜ਼ਰੂਰੀ ਹੈ। ਕਿਹੜਾ ਹੈਗਾ ਵੀ ਜੀ? ਵਾਹ ਜੀ ਵਾਹ, ਦੇਖ ਲਓ ਇੱਥੋਂ ਜਿਹੜੀ ਕਹਿ ਸਕਦੇ ਹਾਂ ਵੀ ਆਪਾਂ ਸ਼ੁਰੂਆਤ ਹੋਈ ਕਹਿ ਸਕਦੇ ਹਾਂ ਨਾ। ਇਹ ਜਿਹੜੇ ਸਿੱਕੇ ਨੇ ਇਹ ਸਿੱਕਿਆਂ ਦੇ ਉੱਪਰ ਜਿਸ ਤਰ੍ਹਾਂ ਦੇਖੋ ਸੂਰਜ ਬਣੇ ਨੇ, ਪਹਾੜ ਬਣੇ ਨੇ, ਚੰਦਰਮਾ ਬਣੇ ਨੇ, ਜਾਂ ਮਤਲਬ ਕਹਿ ਲਓ ਪਸ਼ੂ ਪੰਛੀ ਬਣੇ, ਕਛੂਏ ਬਣੇ ਨੇ, ਜਾਂ ਕਹਿ ਲਓ ਵੀ ਚਿੜੀਆਂ ਬਣੀਆਂ ਨੇ ਇਸ ਦੇ ਉੱਪਰ। ਇੱਥੋਂ ਤੱਕ ਕਿ ਵੀ ਬੰਦਿਆਂ ਦੀ ਫਿਗਰ ਵੀ ਬਣੀ ਹੋਈ ਆ ਕਈ ਸਿੱਕਿਆਂ ਦੇ ਉੱਪਰ, ਵੀ ਤਿੰਨ ਬੰਦੇ ਖੜ੍ਹੇ ਨੇ ਕਹਿਣ ਦੇ ਵਿੱਚ। ਜਿਹੜੇ ਹੁਣ ਦੇ ਖੋਜਕਾਰ ਨੇ ਉਹ ਇਹ ਵੀ ਕਹਿੰਦੇ ਨੇ ਵੀ ਇਹ ਰਾਮ ਚੰਦਰ, ਲਛਮਣ ਅਤੇ ਸੀਤਾ ਨੇ। ਅਤੇ ਇਸ ਤਰ੍ਹਾਂ ਦੇ ਮਤਲਬ ਫਿਗਰ ਉਹਦੇ ਉੱਪਰ ਪ੍ਰਿੰਟ ਹੋ ਜਾਂਦੀਆਂ ਸੀ ਅਤੇ ਉਹਨੂੰ ਇਹ ਪੰਚ ਮਾਰਕ ਸਿੱਕੇ ਨਾਲ ਜਾਣਿਆ ਜਾਂਦਾ। ਅਤੇ ਉਸ ਤੋਂ ਬਾਅਦ ਫਿਰ ਜਿਵੇਂ ਪੰਚ ਮਾਰਕ ਸਿੱਕਾ ਜਿਹੜਾ ਮਗਧ ਨੇ ਬਣਾਇਆ, ਫਿਰ ਮੋਰੀਆ ਨੇ ਵੀ ਉਹੀ ਬਣਾਏ, ਫਿਰ ਉਸ ਤੋਂ ਬਾਅਦ ਜਿਵੇਂ ਗ੍ਰੀਕ ਆ ਗਏ, ਇੰਡੋ ਗ੍ਰੀਕ ਆ ਗਏ, ਫਿਰ ਉਸ ਤੋਂ ਬਾਅਦ ਫਿਰ ਪੰਚ ਮਾਰਕ ਚੱਲੇ। ਉਸ ਤੋਂ ਬਾਅਦ ਫਿਰ ਜਿਵੇਂ ਕਹਿ ਲਓ ਵੀ ਪੰਚ ਮਾਰਕ ਜਿਵੇਂ ਕਹਿ ਲਓ ਮਗਧ ਤੋਂ ਬਾਅਦ ਮੋਰੀਆ ਆਇਆ, ਮੋਰੀਆ ਤੋਂ ਬਾਅਦ ਕੁਸ਼ਾਣ ਆਏ, ਕੁਸ਼ਾਣ ਤੋਂ ਬਾਅਦ ਫਿਰ ਯੋਧੇ ਆਏ, ਯੋਧੇ ਤੋਂ ਬਾਅਦ ਫਿਰ ਮੁਗਲ ਆਏ। ਜਿਵੇਂ ਜਿਵੇਂ ਵੀ ਰਾਜ ਚੇਂਜ ਹੁੰਦਾ ਗਿਆ ਅਤੇ ਉਵੇਂ ਉਵੇਂ ਫਿਰ ਇਹ ਸਿੱਕੇ ਦਾ ਜਿਵੇਂ ਕਹਿ ਲਓ ਰੂਪ ਵੀ ਬਦਲਦਾ ਗਿਆ, ਉਹਨਾਂ ਦੇ ਉੱਪਰ ਜਿਹੜੀ ਇਬਾਰਤ ਆ ਉਹ ਵੀ ਬਦਲਦੀ ਗਈ। ਅਤੇ ਇਹ ਜਿਹੜੇ ਪਹਿਲੇ ਸਿੱਕੇ ਨੇ ਇਹਨਾਂ ਦੇ ਉੱਪਰ ਜਿਹੜੇ ਮਤਲਬ ਕਹਿ ਲਓ ਵੀ ਪ੍ਰਕਿਰਤੀ ਦੇ ਨਾਲ ਰਿਲੇਟਡ ਸਿਰਫ ਫਿਗਰ ਦਿਖਦੀਆਂ ਨੇ। ਜਿਵੇਂ ਕਹਿ ਲਓ ਵੀ ਆਹ ਦੇਖੋ ਸੂਰਜ ਬਣਿਆ ਹੋਇਆ, ਪਹਾੜੀਆਂ ਬਣੀਆਂ ਹੋਈਆਂ ਨੇ, ਜਾਂ ਕਹਿ ਲਓ ਵੀ ਦਰਖਤ ਬਣੇ ਨੇ, ਜਾਂ ਬੰਦਿਆਂ ਦੀ ਫਿਗਰ ਬਣੀ ਆ, ਕਛੂਏ ਬਣੇ ਨੇ, ਮੋਰ ਬਣੇ ਨੇ, ਇਸ ਤਰ੍ਹਾਂ ਦੀ ਫਿਗਰ ਇਹਦੇ ਉੱਪਰ ਸ਼ੋਅ ਹੁੰਦੀ। ਹੋ ਸਕਦਾ ਵੀ ਜਿਵੇਂ ਸੂਰਜ ਦੀ ਪੂਜਾ ਕੀਤੀ ਜਾਂਦੀ ਸੀ, ਭਗਵਾਨ ਸਮਝਿਆ ਜਾਂਦਾ ਸੀ, ਹੋ ਸਕਦਾ ਵੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਇਹਦੇ ਉੱਪਰ ਜਿਹੜਾ ਚਿੱਤਰ ਬਣਾਇਆ ਹੋਵੇ। ਐਂ ਵੀ ਹੋ ਸਕਦਾ, ਪਰ ਜੇ ਆਪਾਂ ਕੱਲੀ ਗੱਲ ਕਰੀਏ ਵੀ ਸੂਰਜ ਦੀ, ਸੂਰਜ ਬਹੁਤਿਆਂ 'ਤੇ ਸਿੱਕਿਆਂ 'ਤੇ ਹੈ, ਪਰ ਬਹੁਤੇ ਸਿੱਕਿਆਂ 'ਤੇ ਪਹਾੜੀਆਂ ਵੀ ਨੇ, ਮੋਰ ਵੀ ਨੇ, ਤੋਤੇ ਵੀ ਨੇ, ਕਛੂਏ ਵੀ ਨੇ। ਇਹ ਮੇਰੇ ਹਿਸਾਬ ਨਾਲ ਤਾਂ ਵੈਸੇ ਪੋਸੀਬਲ ਨਹੀਂ ਹੈਗਾ, ਪਰ ਇਹ ਸਾਰੀਆਂ ਪ੍ਰਕਿਰਤੀ ਦੇ ਨਾਲ ਰਿਲੇਟਡ, ਇਹ ਜਸਟ ਇੱਕ ਮੋਰ ਸੀ ਵੀ ਇਹ ਸਿੱਕਾ ਆ ਵੀ ਉਸ ਸਮੇਂ ਦੇ ਰਾਜੇ ਦਾ ਇੱਕ ਇਹ ਬਣਾਇਆ ਹੋਇਆ ਇੱਕ ਪੈਸਾ ਆ, ਇਸ ਕਰਕੇ ਕੋਈ ਮਤਲਬ ਵੀ ਰਾਜੇ ਨੇ ਇਹੀ ਚੀਜ਼ ਸੋਚੀ ਹੋਣੀ ਆ ਵੀ ਪ੍ਰਕਿਰਤੀ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਇਸ ਤੋਂ ਸ਼ੁਰੂਆਤ ਕਰੀਏ, ਹੈ ਨਾ। ਉਸ ਤੋਂ ਅੱਗੇ ਵੀਰ ਜੀ ਆਪਾਂ ਇੱਧਰ ਵੱਧਦੇ ਹਾਂ ਨਾਲ ਅੱਗੇ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੇਰੀ ਕਲੈਕਸ਼ਨ ਦੇ ਵਿੱਚ ਇਹ ਜਿਹੜਾ ਹੈਗਾ ਔਰੰਗਜ਼ੇਬ ਦੇ ਸਿੱਕੇ ਨੇ ਜੀ, ਅਤੇ ਫਿਰ ਇਹ ਅੱਧ ਰਾਜਿਆਂ ਦੇ ਜੀ ਅਕਬਰ ਦੇ ਸਿੱਕੇ ਨੇ ਜੀ, ਇਹ 1 ਰੁਪਿਆ ਜਿਹਨੂੰ ਰੁਪਿਆ ਕਹਿ ਦਿੰਦੇ ਹਾਂ ਆਪਾਂ, ਕਿਉਂਕਿ ਜਿਹੜਾ ਚਾਂਦੀ ਦਾ ਹੁੰਦਾ ਉਹ ਹਮੇਸ਼ਾ ਰੁਪਿਆ ਹੁੰਦਾ ਜੀ, ਜਿਹੜਾ ਕਾਪਰ ਦਾ ਹੁੰਦਾ ਉਹ ਪੈਸਾ ਹੁੰਦਾ ਆ। ਅਤੇ ਇਹ 1 ਰੁਪਿਆ ਜੀ, ਇਹ 1/2 ਰੁਪਈ ਆ ਜੀ ਉਹਦਾ ਅਕਬਰ ਦਾ। ਅਤੇ ਉਸ ਤਰ੍ਹਾਂ ਹੀ ਮੁਹੰਮਦ ਸ਼ਾਹ ਦੇ ਸਿੱਕੇ ਨੇ ਜੀ ਇਹ, ਉਸ ਤੋਂ ਬਾਅਦ ਫਾਰੁਖਸ਼ਿਆਰ ਦੇ ਨੇ, ਸ਼ਾਹ ਆਲਮ ਦੇ ਨੇ, ਠੀਕ ਆ ਜੀ, ਇਹ ਮੁਹੱਬਤ ਖਾਨ ਦੇ ਨੇ, ਸ਼ਾਹਜਹਾਂ ਦੇ ਨੇ,
फलाने बंदे दा सिक्का चलदा ते ओ इत्थे तुसी चित्र दिखाया इह सारा भी ओरिजिनल दिखा दित्ते भी हाँ आ बंदियां दे उदों उदों सिक्के चलदे सी ते उहनां दा बकायदा इहदे उपर नाम भी लिखिया मैंशन हुंदा ते इस तरह ही जिहड़े इह मुगल काल दे सिक्के हो गए ते जिहड़े आ सिक्के ने इह जिहड़े अपने मगध मौरिया तो बाद जिहड़ा मतलब अपना कुशाण आया कुशाण पीरियड ये कुशाण दे सिक्के ने कुशाणा दे ਇਹ ਕੁਸ਼ਾਣ ਡਾਇਨੈਸਟੀ ਆ ਤੇ ਇਧਰ ਫਿਰ ਇਹ ਯੋਧੇ ਡਾਇਨੈਸਟੀ ਆ ਤੇ ਇਹ ਉਹਨਾਂ ਦੇ ਸਿੱਕੇ ਨੇ ਜੀ ਇਹ ਵੱਖਰੀ ਤਰ੍ਹਾਂ ਦੇ ਨੇ ਜੀ ਇਹ ਕਾਹਦੇ ਤਿਆਰ ਕੀਤੇ ਹੋਏ ਨੇ ਇਹ ਆ ਸਾਰਾ ਨੇ ਸਰ ਕਾਪਰ ਦੇ ਨੇ ਤੇ ਟਾਈਮ ਪੈ ਕੇ ਦੇਖੋ ਇਹ ਚਾਹੇ ਆਪਾਂ ਸਾਫ਼ ਵੀ ਕਰਕੇ ਇਹਦੇ ਵਿੱਚ ਪੈਕ ਕਰ ਲਈਏ ਤਾਂ ਫਿਰ ਵੀ ਟਾਈਮ ਪੈ ਕੇ ਇਹ ਕਾਲਸ ਫੜ ਜਾਂਦੇ ਨੇ ਤੇ ਮੈਟਲ ਕਾਪਰ ਆ ਜੀ ਇਹ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀਆਂ ਰਿਆਸਤਾਂ ਦੀ ਪੰਜਾਬ ਦੀਆਂ ਰਿਆਸਤਾਂ ਦੀ ਜੇ ਗੱਲ ਕਰੀਏ ਤਾਂ ਆਪਣੇ ਮਲੇਰਕੋਟਲਾ ਰਿਆਸਤ ਬਿਲਕੁਲ ਨਾਲ ਲੱਗਦੀ ਆ ਮਲੇਰਕੋਟਲਾ ਦੇ ਜਿਹੜਾ ਨਵਾਬ ਭੀਖਣ ਖਾਂ ਨਵਾਬ ਭੀਖਣ ਖਾਂ ਇਹ ਉਹਨਾਂ ਦਾ ਸਿੱਕਾ ਜੀ ਅਤੇ ਬਹਾਦਰ ਖਾਂ ਅਸਦੁੱਲਾ ਖਾਂ ਇਹ ਬਕਾਇਦਾ ਤਰਤੀਬ ਦੇ ਵਿੱਚ ਤੁਸੀਂ ਤਰੀਕਾਂ ਵੀ ਨਾਲ ਲਿਖੀਆਂ ਨੇ 1759 ਤੋਂ 1763 ਤੱਕ ਇਹਦਾ ਸਿੱਕਾ ਚੱਲਿਆ ਹੈ ਨਾ ਉਸ ਤੋਂ ਬਾਅਦ ਦੇ ਵਿੱਚ 1763 ਤੋਂ ਅੱਗੇ 1766 ਤੱਕ ਇਹਦਾ ਸਿੱਕਾ ਚੱਲਿਆ ਇਹ ਸਾਰਾ ਤੁਸੀਂ ਨਾਲ ਡਿਟੇਲ ਦੱਸੀ ਡਿਟੇਲ ਦਿੱਤੀ ਹੈ ਜੀ ਅਤੇ ਕਿਉਂਕਿ ਪੀਰੀਅਡ ਜੋ ਹੈਗਾ ਅਤੇ ਕਿਹੜੇ ਰਾਜੇ ਦਾ ਆ ਉਹ ਬਕਾਇਦਾ ਇਹਦੇ 'ਚ ਮੈਂਸ਼ਨ ਕਰਕੇ ਨਾਲ ਲਿਖਿਆ ਹੋਇਆ ਤਾਂ ਕਿ ਜੇ ਕੋਈ ਗੈਸਟ ਘਰ ਆਉਂਦਾ ਜਾਂ ਆਪਾਂ ਐਗਜੀਬਿਸ਼ਨ ਲਾਉਂਦੇ ਹਾਂ ਤਾਂ ਬੱਚਿਆਂ ਨੂੰ ਮਤਲਬ ਹਰੇਕ ਚੀਜ਼ ਬਾਰੇ ਆਪ ਦੱਸਣ ਦੀ ਬਜਾਏ ਉਹ ਸਿੱਕਾ ਆਪ ਹੀ ਦੱਸੇ ਵੀ ਭਾਈ ਮੈਂ ਕਿਹਦਾ ਹਾਂ ਉਹਦੀ ਇਹ ਤੁਸੀਂ ਜ਼ਰੂਰ ਦੱਸੋ ਇੱਕ ਜਿਵੇਂ ਮੰਨ ਲਓ ਵੀ ਆ 1821 ਤੋਂ ਲੈ ਕੇ 1845 ਤੱਕ ਜਿਵੇਂ ਉਹ ਇਸ ਰਾਜੇ ਨੇ ਚਲਾਇਆ ਹੈ ਨਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਰਾਜਾ ਆ ਗਿਆ ਉਹਨੇ ਆਪਣਾ ਆਹ ਸਿੱਕਾ ਚਲਾ ਲਿਆ ਫਿਰ ਕੀ ਉਹਦੇ ਰਾਜ ਦੇ ਵਿੱਚ ਇਹ ਸਿੱਕਾ ਚੱਲਦਾ ਸੀ ਜਿਹੜਾ ਪੁਰਾਣਾ ਹੁੰਦਾ ਸੀ ਹਾਂਜੀ ਹਾਂਜੀ ਚੱਲਦਾ ਸੀ ਪਰ ਜਦੋਂ ਉਹ ਕਹਿ ਲਓ ਵੀ ਢੰਡੋਰਾ ਪਟਵਾਇਆ ਜਾਂਦਾ ਵੀ ਜੇ ਭਾਈ ਉਹ ਪੁਰਾਣੇ ਸਿੱਕੇ ਕਿਸੇ ਕੋਲ ਹੈਗੇ ਨੇ ਤਾਂ ਸਾਨੂੰ ਵਾਪਸ ਦੇ ਦਿਓ ਵੀ ਉਹਦੇ ਬਦਲੇ ਨਵੇਂ ਸਿੱਕੇ ਲੈ ਲਓ ਫਿਰ ਉਹ ਪੁਰਾਣੇ ਸਿੱਕੇ ਚਾਹੇ ਉਹ ਬਾਪ ਦੇ ਸੀ ਚਾਹੇ ਉਹ ਦਾਦੇ ਦੇ ਸੀ ਉਹ ਸਿੱਕਿਆਂ ਨੂੰ ਇਕੱਠੇ ਕਰਕੇ ਆਪਦੇ ਨਾਂ ਦਾ ਸਿੱਕਾ ਉਹੀ ਮੈਟਲ ਦੇ ਵਿੱਚ ਆਪਦੇ ਨਾਂ ਦਾ ਸਿੱਕਾ ਜਾਰੀ ਕਰ ਦਿੰਦੇ ਸੀ ਅਤੇ ਇਸੇ ਕਰਕੇ ਜਿਹੜੇ ਪੁਰਾਤਨ ਪੁਰਾਣੇ ਸਿੱਕੇ ਨੇ ਉਹ ਜ਼ਿਆਦਾਤਰ ਘੱਟ ਮਿਲਦੇ ਆ ਜਿਹੜੇ ਬਾਅਦ ਵਾਲੇ ਰਾਜਿਆਂ ਦੇ ਸਿੱਕੇ ਆ ਉਹ ਬਹੁਤ ਜ਼ਿਆਦਾ ਕੁਆਂਟਿਟੀ 'ਚ ਮਿਲ ਜਾਂਦੇ ਨੇ ਵੀ ਅੱਗੇ ਦੀ ਅੱਗੇ ਇੱਦਾਂ ਚੱਲਦਾ ਸੀਗਾ ਵੀ ਉਹਨੂੰ ਪਿਘਲਾ ਕੇ ਜਿਹੜਾ ਸੀ ਉਹ ਅੱਗੇ ਨਵਾਂ ਸਿੱਕਾ ਤਿਆਰ ਕਰ ਲਿਆ ਬਿਲਕੁਲ ਜੀ ਬਿਲਕੁਲ ਹਾਂਜੀ ਅਤੇ ਇਹ ਜਿਸ ਤਰ੍ਹਾਂ ਭੀਖਣ ਖਾਂ ਬਹਾਦਰ ਖਾਂ ਅਸਦੁੱਲਾ ਖਾਂ ਅਮੀਰ ਅਲੀ ਖਾਂ ਮਹਿਬੂਬ ਅਲੀ ਖਾਂ ਸਿਕੰਦਰ ਅਲੀ ਖਾਂ ਇਬਰਾਹਿਮ ਅਲੀ ਖਾਂ ਅਹਿਮਦ ਅਲੀ ਖਾਂ ਇਸ ਤਰ੍ਹਾਂ ਹੀ ਮਤਲਬ ਸਟੈਪ ਸਟੈਪ ਜਿਵੇਂ ਜਿਵੇਂ ਵੀ ਰਾਜੇ ਮਹਾਰਾਜ ਇਹਨਾਂ ਦੇ ਨਵਾਬ ਅੱਗੇ ਦੀ ਅੱਗੇ ਚੱਲਦੇ ਰਹੇ ਇਹ ਸਾਰਿਆਂ ਦੇ ਸਿੱਕੇ ਮੇਰੇ ਕੋਲ ਹੈਗੇ ਆ ਜੇ ਆਪਾਂ ਗੱਲ ਕਰੀਏ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਅਦ ਦੇ ਸਮੇਂ ਦੇ ਵਿੱਚੋਂ ਇਹ ਸਟਾਰਟਿੰਗ ਇੱਥੋਂ ਹੋਈ ਹੋਈ ਹੈ ਇਹ ਸਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਵੇਲੇ ਮੁਹੰਮਦ ਸ਼ੇਰ ਖਾਂ ਜਿਹੜਾ ਮਲੇਰਕੋਟਲਾ ਨਵਾਬ ਸੀ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ ਉਹਨਾਂ ਦਾ ਸਿੱਕਾ ਨਹੀਂ ਚੱਲਦਾ ਸੀ ਉਦੋਂ ਉਦੋਂ ਸਿੱਕਾ ਚੱਲਦਾ ਸੀ ਸੂਬੇ ਸਰਹੰਦ ਦਾ ਜਾਂ ਕਹਿ ਲਓ ਦਿੱਲੀ ਦਰਬਾਰ ਦਾ ਅਤੇ ਉਹ ਤਾਂ ਇੱਕ ਸਿਰਫ ਜਸਟ ਇੱਕ ਕਹਿ ਲਓ ਵੀ ਉਹਨਾਂ ਦੇ ਨੌਕਰ ਕਹਿ ਸਕਦੇ ਹਾਂ ਉਹਨਾਂ ਦੇ ਅੰਡਰ ਹੁੰਦੇ ਹੋਏ ਵੀ ਇੱਕ ਹਾਂ ਦਾ ਨਾਅਰਾ ਮਾਰਨਾ ਬਹੁਤ ਵੱਡੀ ਗੱਲ ਸੀਗੀ ਅਤੇ ਉਹ ਜਿਹੜਾ ਸਿੱਕਾ ਆ ਉਹ ਇਸ ਤੋਂ ਮਤਲਬ ਮੁਹੰਮਦ ਸ਼ੇਰ ਖਾਂ ਜੀ ਤੋਂ ਬਾਅਦ ਚੱਲਿਆ ਕਿਉਂਕਿ ਮਲੇਰਕੋਟਲੇ ਨਵਾਬ ਜਿਹੜੇ ਹੋਏ ਨੇ ਉਹ 22 ਨਵਾਬ ਬਣੇ ਨੇ ਜੀ ਮਲੇਰਕੋਟਲਾ ਜਦੋਂ ਤੋਂ ਵਸਿਆ ਉਸ ਤੋਂ ਲੈ ਕੇ 22 ਨਵਾਬਾਂ ਨੇ ਰਾਜ ਕੀਤਾ 22 ਨਵਾਬਾਂ ਦੇ ਵਿੱਚੋਂ ਸਿਰਫ 11 ਨਵਾਬਾਂ ਦੇ ਸਿੱਕੇ ਚੱਲੇ ਨੇ ਜੀ ਜਿਹਦੇ ਵਿੱਚੋਂ ਯਾਨੀ ਜ਼ਿਆਦਾਤਰ ਜਿਹੜੇ ਸਿੱਕੇ ਨੇ ਉਹ 8 ਜਾਂ 9 ਦੇ ਸਿੱਕੇ ਮਿਲਦੇ ਨੇ ਦੋ ਤਿੰਨ ਨਵਾਬਾਂ ਦੇ ਸਿੱਕੇ ਬਹੁਤ ਜ਼ਿਆਦਾ ਰੇਅਰ ਨੇ ਉਹ ਮਿਲਦੇ ਨਹੀਂ ਕੋਈ ਔਰੰਗਜ਼ੇਬ ਦੇ ਵੇਲੇ ਦੇ ਸਮੇਂ ਦੇ ਜਿਹੜੇ ਸਿੱਕੇ ਉਹ ਵੀ ਤੁਸੀਂ ਸੰਭਾਲੇ ਹੋਏ ਨੇ ਸਾਰੇ ਉਹ ਰਿਆਸਤਾਂ ਸਾਰੀਆਂ ਹਾਂਜੀ ਹਾਂਜੀ ਆਹ ਦੇਖੋ ਜੀ ਪਹਿਲਾਂ ਮੈਂ ਦਿਖਾ ਕੇ ਚੁੱਕਿਆ ਇਹ ਔਰੰਗਜ਼ੇਬ ਦੇ ਸਿੱਕੇ ਨੇ ਜੀ ਅਸਲੀ ਇਹ ਸਾਰੇ ਔਰੰਗਜ਼ੇਬ ਦੇ ਸਿੱਕੇ ਨੇ ਜਿਵੇਂ RY34 ਇਹ ਲਿਖਿਆ ਸਾਰਾ ਇਹ ਮਿੰਟ ਇਟਾਵਾ ਦਾ ਸਿੱਕਾ ਆ ਮਿੰਟ ਇਟਾਵਾ ਇਸ ਤਰ੍ਹਾਂ ਵੀ ਕਿਹੜੀ ਮਿੰਟ 'ਚੋਂ ਬਣਿਆ ਅਤੇ ਕਿਹੜੇ ਸੰਨ 'ਚ ਬਣਿਆ RY ਤੁਸੀਂ ਨਾਲ ਲਿਖੀ ਹੋਈ ਹੈ ਹਾਂਜੀ ਵੀ ਗੱਦੀ ਦਾ ਕਿੰਨਵਾਂ ਰਾਜ ਸਾਲ ਸੀਗਾ ਇਹ 34ਵਾਂ ਸਾਲ ਸੀਗਾ ਜੀ ਗੱਦੀ ਦਾ ਇਹ ਸਾਰੇ ਮਤਲਬ ਤਰਤੀਬ ਵਾਈਜ਼ ਲਿਖਿਆ ਹੋਇਆ ਵੀ ਕਿਹੜੇ ਸੰਨ ਦੇ ਵਿੱਚ ਸਿੱਕਾ ਜਾਰੀ ਹੋਇਆ ਅਤੇ ਕਿਹੜੀ ਮਿੰਟ 'ਚੋਂ ਜਾਰੀ ਹੋਇਆ ਅਤੇ ਉਸ ਤੋਂ ਅੱਗੇ ਜੀ ਫਿਰ ਕਿੱਧਰ ਨੂੰ ਵੱਧਦੇ ਹਾਂ ਆਪਾਂ ਜੇ ਆਪਾਂ ਗੱਲ ਕਰੀਏ ਜਿਵੇਂ ਅਕਬਰ ਉਹਨਾਂ ਦੇ ਸਿੱਕੇ ਵੀ ਮੇਰੇ ਕੋਲ ਹੈਗੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਲਾਲੂਦੀਨ ਅਕਬਰ ਇਹਨੇ 1556 ਤੋਂ ਲੈ ਕੇ 1605 ਤੱਕ ਰਾਜ ਕੀਤਾ ਲਗਭਗ ਐਂ ਮੰਨ ਲਓ ਜੀ ਵੀ 50 ਸਾਲ ਰਾਜ ਕਰਿਆ ਅਤੇ ਇਹ ਇਹਨਾਂ ਦੇ ਸਿੱਕੇ ਵੀ ਮਤਲਬ ਕਾਫੀ ਮੋਟੇ ਅਤੇ ਹੈਵੀ ਵੇਟ ਦੇ ਹੁੰਦੇ ਨੇ ਅਤੇ ਇਸ ਤਰ੍ਹਾਂ ਕਰਕੇ ਜਿਹੜੇ ਆਪਾਂ ਪੰਜਾਬ ਨਾਲ ਰਿਲੇਟਡ ਹੋਰ ਗੱਲ ਕਰੀਏ ਤਾਂ ਪਟਿਆਲਾ ਸਟੇਟ ਜਿਹੜਾ ਕੈਪਟਨ ਅਮਰਿੰਦਰ ਹੋਣਾ ਦੇ ਯਾਨੀ ਪਿਓ ਦਾਦੇ ਕਹਿ ਲਈਏ ਆਪਾਂ
तो इन की है पटियाला स्टेट के महाराजा अमर सिंह साहेब सिंह करम सिंह नरेंद्र सिंह महेंद्र सिंह रजिंदर सिंह तो इस तरह ये पीढ़ी दर पीढ़ी इन्होंने जोड़ा राज किया उन्होंने सारिया के पटियाले वाले सारे राजे सिक्के इतने 1765 तो लैके चल पे। हाँ जी हाँ जी हाँ जी तो 1900 तक मतलब इन्होंने राज किया तो उदू बाद फिर जो सिक्का बाद नहीं चलिया तो इस तरह करके जिहड़ियां होर स्टेटा ने जिवें मेवाड़ स्टेट होगी पोरबंदर स्टेट होगी जां अपने कह लो दिल्ली सुल्तान हो गए गुजरात सुल्तान हो गए सिंध सुल्तान हो गए तो उन सारे मतलब सिक्के अपने को जानी कि तुम आप कह सकते हैं भी छड़े ही कुछ नहीं छे एक सानू ये जरूर दसो भी किन्नी क मुश्किलों का सामना क्योंकि लंबी जदोजहद करनी पई होगी इस कट्ठिया करने। हाँ जी जिहड़ा ये सिक्का तुसी लग्या देख रहे हो तो बहुत घट आ तो जिहड़ा मतलब अपने को कलैक्शन दे विच मेरे को सिक्का हैगा लगभग 17-18 हज़ार सिक्का हैगा जी। अच्छा जी। तो जो मैं स्कूलों कॉलेज प्रदर्शनी लाउना उदों तकरीबन 2000 सिक्का डिस्प्ले करता हुंना क्योंकि इन्नी स्पेस नहीं मिलती उत्थे जे आपां सारे नूं डिस्प्ले करना होवे तां मान लो कल्ले ऐ कह लो भी 50 टेबलां ते 100 टेबलां ते कल्ला सिक्का ही आऊगा तो वह इन्नी स्पेस कोई दे नहीं सकता। इंज कह सकते हैं भी ये तो दर्शक एक फिल्म का ट्रेलर ही है अजे तुहानूं इंज दिखा रहे हैं भी एक बैड के उपर सिर्फ इन्ने एक जिहड़े सिक्के ने पए ने तो इन्हां नूं देख के असीं ते हैरान हो ही जांदे आ 17-18 हज़ार सिक्का इकट्ठा करना तो अपने शुरुआत करनी अपने दादे तो दादे की विरासत पहलां संभाली फिर उस तो बाद दे नाल दी नाल शौक इत्थे तक चले गया भी अज कुल दुनिया के जिहड़े ने आपां कह सकते हैं भी राजियां दे जिहड़े ने वो सारे सिक्के इकट्ठे करके इत्थे लै आंदे तो एक भीर जी होर जिहड़े वह टोकन पए ने रंगदार सामने टोकन पए ने जां होर ये सिक्कियां दे विच तां नहीं गिणे जांदे। नहीं जी जिहड़ा टोकन आ टोकन जिवें कह लो हिंदू धर्म दे विच भी बने सिख धर्म च भी बने तो मुसलिम धर्म च भी बने पहले समयां दे विच की हुंदा सी भी किसी की इच्छा पूरी होगी उन्हें मानचक कर लिया भी बई मे भी परमात्मा मेरा आह काम हो जाए मैं इन्ने सिक्के बना के भी तेरे चढ़ाऊँगा वो सिख होया जा क्योंकि उस टाइम अनपढ़ लोग ज़्यादा सी ते सरदा ज़्यादा सी ऐ भी कह सकते हैं तो उन्होंने टाइमों के जोड़े टोकन ने वो बना के गुरद्वारे मंदिर मसीत दे आते जिहड़ा बंदा भी उत्थे कोई प्रद मतलब मत्था टेकन जाता सी उन्होंने प्रसाद के नाल एक सिक्का दे देंदे सी जिमें अजकल माता वैष्णो देवी ट्रस्ट साइन बोर्ड जे एंड के दे विच जिहड़ा प्रसाद मिलता जां आपां नैणा देवी कह लिए प्रसाद मिलता जां होर देवी देवत्या दे साई सिरड़ी साई साई मंदिर दे विच आपां दरबार साहिब दे विच सरोपे दे विच पतासा लपेट के दे दिंदे ने उवें जिहड़े उत्थे मंदिरां दे विच अज भी हुण भी प्रसाद दे विच इक सिक्का दिता जांदा उह सिक्का जदों प्रसाद दे विच अगले नूं किसे नूं भी मिलदा तो वह सिक्का अगला अपने बटुए च जां अपने गले दे विच रख लैंदा इक प्रसाद दे रूप दे विच। तुसीं होर वीर जी देखी होणी आ जिहड़े स्थान दे उपर जांदा खासकर जे आपां इतिहासक स्थानां दी गल करिए इंसान उत्थे जांदा उत्थों कड़े लैके आउंदा कड़ियां दे उपर लिखिया हुंदा हजूर साहब सचखंड श्री हजूर साहब दरबार साहब कड़ियां ते उह अगला घरे लैके आउंदा ते उहनूं याद रखण दे लई वी मैं उत्थे गया सी। हाँ जी उवें जिहड़े मतलब पहलां समयां दे विच उह सिक्के दे रूप दे विच कह लईए उहनूं असल दे विच कहिंदे आपां ब्लैसिंग टोकन बई उह इक रब दे घर दे विचों मिलिया होइआ इक प्रसाद कह लईए तो वो अपने को बंदा सामभ के रखता अगे की हुंदा देवी देवत्या दे जां गुरु नानक देव जी की फोटो वाले जां मस्जिद की फोटो वाले चंद तारे वाले टोकन अगे चढ़ाए आते तो वह प्रसाद के रूप च मिल जाते उन्होंने आप टोकन कहांगे ना कि सिक्का बहुत लोग मतलब देखिया भी एक पा के फोटो कह देंगे साढ़े को इन्ने 100 साल पुराना सिक्का जी वो ऐ जी उन्होंने आप सिक्का किमें कह सकते हैं सिक्का उन्होंने कह सकते हैं वीर जी जिदे उपर उसकी उदा मैंशन होया भी यह पैसा एक पैसा आया यह पांच पैसा आया यह अद्धा पैसा आया चाहे 1/2 पैसा लिखिया 1/2 आना लिखिया उन्हूं आपां पैसा बोलांगे मतलब आपां पैसा जिहड़ा आया उन्हूं बोलांगे जिहदे उपर कोई इस तरह की कोई उहदी वैल्यू नहीं लिखी उहदे उपर कोई वैल्यू नहीं हैगी सिर्फ जस्ट एक फोटो आ चाहे वह देवी देवते की होवे चाहे वह गुरु पीर की होवे उन्हूं आपां सिक्का किवें कह सकते हैं इस करके वो एक टोकन उन्हूं सिक्का ना समझा जाए तो वो सिर्फ एक ब्लैसिंग टोकन कह सकते हैं आपां उन्हूं तो इस तरह करके भी प्लास्टिक दे टोकन भी हो सकते हैं जिहड़े जिवें पेंट वालियां बाल्टियां दे विचों जां पेंट वाले डब्बियां दे विचों एक टोकन निकलदा उहदे उपर लिखदा 5 रुपये 10 रुपये वो एक टोकन आ जस्ट भी वो टोकन दुकानदार नूं दे के उहदे बदले पैसा लै लो भी उन्हां नूं भी टोकन कहने आपां टोकन बहुत प्रकार के हो सकते हैं टोकन तो कह लो भी जिहड़ी कीवी पॉलिश आ
ਉਹਦੇ ਵਿੱਚੋਂ ਵੀ ਨਿਕਲਦੇ ਆ, ਟੋਕਨ ਚਾਹ ਪੱਤੀਆਂ ਦੇ ਵਿੱਚੋਂ ਵੀ ਨਿਕਲਦੇ ਆ ਚਾਂਦੀ ਦੇ, ਜਿਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਫੋਟੋ ਬਣੀ ਆ, ਜਿਹਦੇ ਉੱਪਰ ਮੈਂਸ਼ਨ ਨਹੀਂ ਹੈਗਾ ਵੀ ਇਹ ਪੈਸਾ 1 ਪੈਸਾ 2 ਪੈਸਾ 1 ਪੈਸਾ 5 ਪੈਸਾ, ਤਾਂ ਇਹ ਟੋਕਨ ਹੀ ਕਹਾਊਗਾ। ਇੰਝ ਕਹਿ ਸਕਦੇ ਹਾਂ ਵੀ ਇੱਕ ਪ੍ਰਚਾਰ ਦਾ ਸਾਧਨ ਵੀ ਸੀ ਇਹ, ਵੀ ਕੋਈ ਕਿਤੇ ਲੈ ਕੇ ਜਾਵੇ ਟੋਕਨ, ਹੈ ਨਾ, ਅੱਗੇ ਦਿਖਾਵੇ, ਇੱਕ ਪ੍ਰਚਾਰ ਦਾ ਸਾਧਨ ਵੀ ਮੰਨਿਆ ਜਾ ਸਕਦਾ। ਅਤੇ ਇੱਕ ਤੁਸੀਂ ਸਾਨੂੰ ਦਿਖਾਇਆ ਸੀ ਸਾਈਕਲ ਟੋਕਨ ਜਿਹਦੇ ਵਿੱਚ ਗਲੀ ਨਿਕਲੀ ਹੋਈ ਸੀ, ਹੈ ਨਾ, ਉਹ ਸਾਈਕਲ ਟੋਕਨ ਵੀ ਜਿਹੜਾ ਬੜਾ ਚੱਲਦਾ ਸਾਈਕਲ ਦੇ ਅਗਲੇ ਪਾਸੇ ਜਿਹੜਾ ਲਗਾਇਆ ਜਾਂਦਾ ਉਹ, ਹੈ ਨਾ, ਅਤੇ ਉਹ ਵੀ ਇੱਕ ਬੜੀ ਅਦਭੁਤ ਚੀਜ਼ ਆ, ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਤੇ। ਹਾਂਜੀ ਹਾਂਜੀ, ਅਤੇ ਇਹ ਸਾਈਕਲ ਟੋਕਨ ਦੀ ਗੱਲ ਕੀਤੀ ਹੈ ਤਾਂ ਆਹ ਸਾਈਕਲ ਟੋਕਨ ਆ ਜੀ, ਅਤੇ ਸਾਈਕਲ ਟੋਕਨ ਦੇ ਵਿੱਚ ਬਕਾਇਦਾ ਇਹਦੇ 'ਚ ਲਿਖਿਆ ਵੀ ਪੰਚਾਇਤ ਸੰਮਤੀ ਅਹਿਮਦਗੜ੍ਹ ਸਾਈਕਲ ਟੋਕਨ, ਅਤੇ ਨੰਬਰ ਹੈਗਾ ਜੀ ਇਹਦੇ 'ਚ ਲਿਖਿਆ ਮੈਂਸ਼ਨ ਕੀਤਾ ਅਤੇ 74-75, ਅਤੇ ਇਹ ਵੀ ਇਸ ਤਰ੍ਹਾਂ ਹੀ ਆ ਵੀ ਇਹ ਸਾਈਕਲ ਟੋਕਨ ਆ। ਅਤੇ ਇਸ ਤਰ੍ਹਾਂ ਜਿਹੜੇ ਨੇ ਇਹ ਸਾਈਕਲ ਟੋਕਨ ਵੀ ਮਤਲਬ ਕਾਫੀ ਪਹਿਲਾਂ ਪ੍ਰਚਲਿਤ ਸੀਗੇ, ਅਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਆ ਕਹਿ ਲਈਏ ਵੀ 60 ਤੋਂ ਸ਼ੁਰੂ ਹੋ ਕੇ ਤਕਰੀਬਨ ਇਹ 80-82-85 ਦੇ ਨੇੜੇ ਤੇੜੇ ਤੱਕ ਚੱਲਦੇ ਰਹੇ ਨੇ। ਜਦੋਂ ਕੋਈ ਬੰਦਾ ਸਾਈਕਲ ਨਵਾਂ ਲੈ ਕੇ ਰੋਡ 'ਤੇ ਚੜ੍ਹਾਉਂਦਾ ਸੀ ਤਾਂ ਉਹਨੂੰ ਟੈਕਸ ਦੇਣਾ ਪੈਂਦਾ ਸੀ, ਅਤੇ ਟੈਕਸ ਦੇ ਮਤਲਬ ਰੂਪ ਦੇ ਵਿੱਚ ਪਹਿਲਾਂ ਤਾਂ ਉਹਦੇ ਸਲਿੱਪ ਕੱਟੀ ਜਾਂਦੀ ਸੀ, ਉਹਨੂੰ ਮਤਲਬ ਟੈਕਸ ਰੋਡ ਟੈਕਸ 1 ਸਾਲ ਦਾ ਲਿਆ ਜਾਂਦਾ ਸੀ, ਉਹ ਜਿਹੜੀ ਇੱਕ ਰਸੀਦ ਕੱਟ ਕੇ ਦਿੰਦੇ ਸੀ, ਰਸੀਦ ਦੇ ਨਾਲ ਨਾਲ ਇੱਕ ਇਸ ਤਰ੍ਹਾਂ ਦਾ ਇੱਕ ਪਿੱਤਲ ਦਾ ਕਹਿ ਲਓ ਟੋਕਨ ਦਿੱਤਾ, ਟੋਕਨ ਨਾਲ ਦਿੰਦੇ ਸੀ। ਇਹ ਜਿਹੜਾ ਟੋਕਨ ਆ ਜਿਹੜੇ ਸਾਈਕਲ ਦੇ ਅੱਗੇ ਇਹ ਬਣੀ ਹੁੰਦੀ ਹੈ ਜਿਹੜੀ ਕਟਿੰਗ ਕਰਕੇ ਹੈਂਡਲ ਦੇ ਮੂਹਰਲੇ ਪਾਸੇ, ਉਹ ਹੈਂਡਲ ਦੇ ਵਿੱਚ ਕਾਬਲਾ ਪਾ ਕੇ ਉਸ ਜਗ੍ਹਾ 'ਤੇ ਕਾਬਲਾ ਪਾ ਕੇ ਉਹ ਕੱਸਿਆ ਜਾਂਦਾ ਸੀ, ਤਾਂ ਕਿ ਜੇ ਮੰਨ ਲਓ ਕੋਈ ਪੁਲਿਸ ਵਾਲਾ ਰਸਤੇ 'ਚ ਰੁਕਦਾ ਤਾਂ ਅਗਲਾ ਦੇਖਦਾ ਸੀ ਵੀ ਹਾਂਜੀ ਇਹਨੇ ਟੈਕਸ ਭਰਾਇਆ ਹੋਇਆ, ਤਾਂ ਫਿਰ ਜਾਣ ਦਿੱਤਾ ਜਾਂਦਾ ਜੀ। ਜਿਹੜੇ ਬੰਦੇ ਨੇ ਸਾਈਕਲ ਦਾ ਟੋਕਨ ਨਹੀਂ ਲਿੱਤਾ ਹੁੰਦਾ ਸੀ, ਟੈਕਸ ਨਹੀਂ ਭਰਿਆ ਹੁੰਦਾ ਸੀ, ਉਹ ਜਿਵੇਂ ਆਪਾਂ ਕਹਿ ਦਿੰਦੇ ਹੁਣ ਵੀ ਪਤਲੀ ਗਲੀ 'ਚੋਂ ਨਿਕਲ ਗਿਆ ਵੀ ਇੱਧਰ ਉੱਧਰ ਦੀ ਹੋ ਕੇ ਮਤਲਬ ਘੁੰਮ ਘੁੰਮਾ ਕੇ ਵਿੰਗ ਵਲੇਵੇਂ ਪਾ ਕੇ ਨਿਕਲਣਾ ਪੈਂਦਾ ਸੀ, ਕਿਉਂਕਿ ਉਹ ਉਹਨਾਂ ਟਾਈਮਾਂ ਦੇ ਵਿੱਚ ਯਾਨੀ ਸਾਈਕਲ ਨੂੰ ਚਲਾਉਣ ਵਾਸਤੇ ਰੋਡ ਦੇ ਉੱਪਰ ਤਾਂ ਇਹ ਟੈਕਸ ਦੇਣਾ ਪੈਂਦਾ ਸੀਗਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਾਈਕਲ ਟੋਕਨ ਜਾਂ ਸਾਈਕਲ ਦਾ ਲਾਇਸੈਂਸ, ਸਾਈਕਲ ਦਾ ਲਾਇਸੈਂਸ ਵੀ ਕਹਿ ਸਕਦੇ ਹਾਂ ਆਪਾਂ। ਅਤੇ ਤੁਸੀਂ ਦਾਦਾ ਜੀ ਤੋਂ ਸ਼ੁਰੂਆਤ ਕੀਤੀ, ਸ਼ੌਂਕ ਅੱਗੇ ਵੱਧਦਾ ਗਿਆ, ਅੱਜ 17-18 ਹਜ਼ਾਰ ਜਿਹੜਾ ਸਿੱਕਾ ਹੈਗਾ ਉਹ ਤੁਸੀਂ ਇਕੱਠਾ ਕਰ ਲਿਆ, ਹੈ ਨਾ, ਇਹ ਤਾਂ ਬਹੁਤ ਬੜੀ ਮੁਸ਼ਕਲ ਆਈ ਹੋਏਗੀ ਇੱਦਾਂ ਦੇ ਸਿੱਕੇ ਇਕੱਠੇ ਕਰਨ ਲਈ ਤਾਂ। ਹਾਂਜੀ, ਮੁਸ਼ਕਲ ਤਾਂ ਆਈ ਹੈ, ਬਾਕੀ ਐਂ ਵੀ ਦੇਖੋ ਅੱਗੇ ਦੀ ਅੱਗੇ ਦੋਸਤਾਂ ਦਾ ਸਾਥ ਮਿਲਿਆ, ਫਿਰ ਅੱਗੇ ਦੀ ਅੱਗੇ ਨੈੱਟਵਰਕ ਉਹੋ ਜਿਹਾ ਬਣ ਗਿਆ ਵੀ ਕਿਤੋਂ ਵੀ ਕੁਛ ਸਿੱਕੇ ਮਿਲਣੇ ਜਾਂ ਪਤਾ ਲੱਗਣੇ ਵੀ ਫਲਾਣੇ ਸਾਡੇ ਰਿਸ਼ਤੇਦਾਰ ਦੇ ਵੀ ਉੱਥੇ ਆਹ ਪਿਆ, ਫਲਾਣੇ ਮੇਰੇ ਰਿਸ਼ਤੇਦਾਰ ਦੇ ਮੇਰੇ ਉੱਥੇ ਆਹ ਪਿਆ ਵੀ, ਜਾਂ ਫਲਾਣੇ ਪਿੰਡ ਫਲਾਣੇ ਕੋਲ ਆਹ ਪਿਆ, ਬਸ ਫਿਰ ਉਹ ਇੱਕ ਕਹਿ ਲਓ ਵੀ ਜਨੂੰਨ ਕਹਿ ਲਓ ਜਾਂ ਕਿਵੇਂ ਪੰਜਾਬੀ 'ਚ ਕਹਿ ਲਓ ਕਮਲਪਣਾ ਕਹਿ ਲਓ, ਬਾਬਾ ਜਿੱਧਰ ਨੂੰ ਹੋ ਗਏ ਅਤੇ ਫਿਰ ਛੱਡਿਆ ਨਹੀਂ, ਜਿੱਥੇ ਵੀ ਮਿਲ ਜਾਣ ਦਾ ਮੌਕਾ ਮਿਲਿਆ ਪੰਜਾਬ ਹਰਿਆਣਾ ਰਾਜਸਥਾਨ ਬਹੁਤ ਦੂਰ ਦੂਰ ਜਾ ਕੇ ਸਿੱਕੇ ਇਕੱਠੇ ਕੀਤੇ। ਨੇ ਤਾਂ ਨਹੀਂ ਕਿਹਾ ਵੀ ਇਹ ਕੀ ਪਾਗਲਪਣ ਕਰੀ ਜਾਂਦਾ ਤੂੰ? ਬਸ ਦੇਖੋ ਜੀ ਹੁਣ ਇਹ ਵੀ ਹੈ ਤਾਂ ਇਹ ਪਾਗਲਪਾਣੀ ਆ, ਇਹ ਤਾਂ ਕੋਈ ਮਤਲਬ ਹੱਦ ਨਹੀਂ ਹੈਗੀ ਇਸ ਗੱਲ ਦੀ, ਪਰ ਜਨੂੰਨ ਆ ਜੀ। ਹਾਂ, ਇਹ ਹੁਣ ਕਈ ਬੰਦੇ ਜਿਹੜੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਨੇ ਜਾਂ ਵੱਡੇ ਵੱਡੇ ਟੀਚਰ ਨੇ ਪ੍ਰਿੰਸੀਪਲ ਨੇ, ਉਹ ਜਦੋਂ ਉੱਥੇ ਪ੍ਰਦਰਸ਼ਨੀ ਲਾਉਣਾ ਜਦੋਂ ਗੱਲਾਂ ਬਾਤਾਂ ਸਾਂਝੀਆਂ ਹੁੰਦੀਆਂ, ਹੁਣ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਦੇਖੋ ਕਿਰਤ ਕਰਦੇ ਹਾਂ, ਮੇਰਾ ਲੱਕੜੀ ਦਾ ਕੰਮ ਆ, ਮੈਂ ਕਾਰਪੈਂਟਰ ਹਾਂ, ਪਰ ਜਦੋਂ ਪ੍ਰਦਰਸ਼ਨੀ ਲਾਉਂਦੇ ਹਾਂ ਉਸ ਟਾਈਮ ਕਹਿ ਲਓ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਤੂੰ ਜਿਹੜੇ ਸਾਡੇ ਪ੍ਰੋਫੈਸਰ ਲੱਗੇ ਨੇ ਹਿਸਟਰੀ ਦੇ ਜਾਂ ਹੋਰ ਮਤਲਬ ਸਾਡੇ ਇੱਥੇ ਵਧੀਆ ਤੋਂ ਵਧੀਆ ਟੀਚਰ ਨੇ ਵੀ ਉਹਨਾਂ ਤੋਂ ਵੀ ਤੁਹਾਡੇ ਕੋਲ ਵੱਧ ਨੌਲੇਜ ਆ, ਵੀ ਹੱਸਣ ਲੱਗ ਜਾਂਦੇ ਨੇ ਵੀ ਤੂੰ ਭਾਈ ਉਰੀ ਲੱਗ ਜਾ ਸਾਡੇ ਕੋਲ। ਥਿਊਰੀ ਹੈ ਅਤੇ ਇਹ ਪ੍ਰੈਕਟੀਕਲ ਹੈ, ਉਹ ਥਿਊਰੀ ਅਤੇ ਪ੍ਰੈਕਟੀਕਲ 'ਚ ਫਰਕ ਹੈ ਨਾ, ਇਹ ਦ੍ਰਿਸ਼ ਸਾਹਮਣੇ ਨੇ ਬਿਲਕੁਲ ਓਰੀਜਨਲ ਹੈ, ਉਹ ਗੂਗਲ ਤੋਂ ਡਾਊਨਲੋਡ ਕਰਨੀਆਂ ਨੇ ਜਾਂ ਜਿਹੜੀਆਂ ਨੇ ਉਹ ਭੂਗੋਲ ਦੀਆਂ ਕਿਤਾਬਾਂ ਨੇ ਉਹਦੇ ਉੱਪਰ ਸਾਰਾ ਕੁਛ ਦੇਖਣਾ, ਹੈ ਨਾ। ਹਾਂਜੀ ਹਾਂਜੀ, ਉਹ ਹੱਸਦੇ ਹੁੰਦੇ ਨੇ ਕਹਿੰਦੇ ਵੀ ਤੁਹਾਡੇ ਕੋਲ ਤਾਂ ਸਾਰਾ ਕੁਝ ਸਾਹਮਣੇ ਆ ਵੀ ਅਸੀਂ ਤਾਂ ਕਦੇ ਜ਼ਿੰਦਗੀ 'ਚ ਦੇਖਿਆ ਤੱਕ ਨਹੀਂ, ਅਤੇ ਉਹ ਹੱਸਦੇ ਹੁੰਦੇ ਆ ਕਹਿੰਦੇ ਸਾਡੇ ਟੀਚਰਾਂ ਤੋਂ ਵੀ ਵੱਧ ਕੇ ਤੁਹਾਨੂੰ ਨੌਲੇਜ ਆ, ਅਤੇ ਐਂ ਬੜਾ ਕਈ ਵਾਰੀ ਮਨ ਨੂੰ ਖੁਸ਼ੀ ਵੀ ਮਹਿਸੂਸ ਹੁੰਦੀ ਆ, ਪਰ ਉਦੋਂ ਕਈ ਵਾਰੀ ਦੁੱਖ ਵੀ ਹੁੰਦਾ ਜਦੋਂ ਕਹਿ ਲਓ ਵੀ ਪੈਸੇ ਨਾ ਹੋਣ ਕਰਕੇ ਚੀਜ਼ ਵੀ ਹੱਥੋਂ ਨਿਕਲ ਜਾਂਦੀ ਹੈ ਅਤੇ ਉੱਧਰੋਂ ਪੈਸੇ ਨਾ ਹੋਣ ਕਰਕੇ ਘਰ ਵੀ ਹੱਥ ਟੈਟ ਹੋ ਜਾਂਦਾ, ਅਤੇ ਉਹ ਚੀਜ਼ਾਂ ਵੀ ਸਾਰੀਆਂ ਯਾਨੀ ਕੁੱਲ ਮਿਲਾ ਕੇ ਐਂ ਕਹਿ ਸਕਦੇ ਹਾਂ ਵੀ ਸ਼ੌਂਕ ਪੂਰਾ ਕਰ ਰਹੇ ਹਾਂ, ਠੀਕ ਆ, ਪਰ ਇਹਨੂੰ ਯਾਨੀ ਕਰਨ ਵਾਸਤੇ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਵੀ ਲੰਘੇ ਹੋਏ ਹਾਂ, ਪਰ ਐਂ ਵੀ ਮੇਨ ਚਾਹੇ ਕਿਸੇ ਵੀ ਹਾਲਾਤ ਦੇ ਵਿੱਚੋਂ ਨਿਕਲੇ ਹਾਂ ਜਾਂ ਨਿਕਲ ਰਹੇ ਹਾਂ, ਪਰ ਮੇਨ ਫੋਕਸ ਆਪਣਾ ਇਹ ਆ ਵੀ ਆਪਣੀ ਵਿਰਾਸਤ ਨੂੰ ਬਚਾਉਣਾ
ਤੇ ਬੱਚਿਆਂ ਨੂੰ ਪ੍ਰਦਰਸ਼ਨੀ ਲਾ ਕੇ ਉਹਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨਾ, ਆਪਣੀਆਂ ਜੜ੍ਹਾਂ ਨਾਲ ਜੋੜਨਾ, ਆਪਣੇ ਇਤਿਹਾਸ ਦੀ ਉਹ ਹਰ ਚੀਜ਼ ਤੋਂ ਜਾਣੂ ਕਰਾਉਣਾ, ਜਿਹੜੀ ਕਿ ਪਹਿਲਾਂ ਰਾਜੇ ਮਹਾਰਾਜਿਆਂ ਨੇ ਚਲਾਈ ਉਹ ਸਿੱਕਾ ਉਹਨਾਂ ਨੂੰ ਅੱਖੀ ਦਿਖਾਉਣਾ, ਮੇਨ ਫੋਕਸ ਇੱਥੇ ਖੜਾ ਜੀ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ, ਸ਼ੌਂਕ ਹੈ, ਹਜ਼ਾਰਾਂ ਹੀ ਰੁਪਈਆ ਜਿਹੜਾ ਹੈਗਾ ਉਹਨਾਂ ਨੇ ਇਸ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਖਰਚਿਆ ਹੈ, ਅਤੇ ਹਜ਼ਾਰਾਂ ਹੀ ਸਾਲ ਅਸੀਂ ਪਿੱਛੇ ਚਲੇ ਜਾਂਦੇ ਹਾਂ ਜਦੋਂ ਇਸ ਸਿੱਕਿਆਂ ਨੂੰ ਦੇਖਦੇ ਹਾਂ, ਤਾਂ ਉਹ ਕਲਚਰ ਕਹਿ ਸਕਦੇ ਹਾਂ ਆਪਾਂ, ਉਹ ਸੱਭਿਆਚਾਰ ਕਹਿ ਸਕਦੇ ਹਾਂ, ਉਹ ਆਪਾਂ ਦ੍ਰਿਸ਼ ਕਹਿ ਸਕਦੇ ਹਾਂ ਵੀ ਕਿਸ ਤਰ੍ਹਾਂ ਰਾਜੇ ਮਹਾਰਾਜਿਆਂ ਨੇ ਇਹ ਜਿਹੜੇ ਸਿੱਕੇ ਨੇ ਇਹ ਦੁਨੀਆ ਦੇ ਵਿੱਚ ਪ੍ਰਚਾਰੇ, ਅਤੇ ਕਿਹੜੇ ਕਿਹੜੇ ਢੰਗ ਦੇ ਨਾਲ ਉਹ ਰਾਜੇ ਮਹਾਰਾਜੇ ਵਿਚਰਦੇ ਰਹੇ, ਆਪਾਂ ਇੰਝ ਕਹਿ ਸਕਦੇ ਹਾਂ ਬਈ ਇੱਕ ਇਤਿਹਾਸ ਚੇਤੇ ਆਉਂਦਾ ਹੈ, ਇੱਕ ਪੁਰਾਣਾ ਕਲਚਰ ਚੇਤੇ ਆਉਂਦਾ ਹੈ। ਵੀ ਵੀਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕਰਕੇ ਹਜ਼ਾਰਾਂ ਸਾਲ ਪਿੱਛੇ ਇੱਕ ਵਾਰ ਚਲੇ ਗਏ। ਅਸੀਂ ਮਨ ਦੇ ਵਿੱਚ ਸੋਚਣ ਲਈ ਮਜਬੂਰ ਹੋ ਗਏ ਵੀ ਹਾਂ ਉਦੋਂ ਰਾਜੇ ਮਹਾਰਾਜਿਆਂ ਨੇ ਕਿਹੜੇ ਢੰਗ ਦੇ ਨਾਲ, ਕਿਹੜੇ ਕਿਹੜੇ ਤਰੀਕੇ ਦੇ ਨਾਲ, ਕਿਹੜੀਆਂ ਕਿਹੜੀਆਂ ਮੋਹਰ ਛਾਪ ਲਾ ਕੇ ਇਹ ਸਾਰੇ ਸਿੱਕੇ ਤਿਆਰ ਕੀਤੇ ਸੀ। ਵੀਰ ਜੀ ਉਹਨਾਂ ਕੋਲ ਹੋਰ ਵੀ ਵਿਰਾਸਤ ਹੈ, ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਹਾਂਜੀ ਵੀਰ ਜੀ, ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਜੀ, ਸਿੱਖ ਰਾਜ ਦੇ ਸਿੱਕੇ ਜੇ ਆਪਾਂ ਕਹਿ ਸਕਦੇ ਹਾਂ ਨਾ। ਹਾਂਜੀ ਹਾਂਜੀ, ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ। ਜਦੋਂ ਐਂ ਕਹਿ ਸਕਦੇ ਹਾਂ ਵੀ ਬਾਕੀ ਸਾਰੇ ਸਿੱਕੇ ਚਲਾਏ, ਹਰੇਕ ਰਾਜੇ ਮਹਾਰਾਜੇ ਨੇ ਆਪਣੇ ਸਿੱਕੇ ਚਲਾਏ, ਉਹਨਾਂ ਸਿੱਕਿਆਂ ਦੇ ਵਿੱਚ ਕੀ ਸੀਗਾ ਵੀ ਜਿੰਨੇ ਵੀ ਰਾਜੇ ਮਹਾਰਾਜੇ ਹੋਏ ਨੇ, ਚਾਹੇ ਉਹ ਮੁਗਲ ਹੋਏ ਨੇ ਚਾਹੇ ਉਸ ਤੋਂ ਪਹਿਲਾਂ ਹੋਏ ਨੇ, ਉਹਨਾਂ ਸਿੱਕਿਆਂ ਨੇ ਆਪਦੇ ਨਾਂ ਦਾ ਸਿੱਕਾ ਚਲਾਇਆ, ਜਿਹਦੇ ਵਿੱਚ ਕਹਿ ਲਓ ਵੀ ਜਲਾਲੂਦੀਨ ਅਕਬਰ ਅਗਲੇ ਨੇ ਆਪਦਾ ਨਾਂ ਲਿਖ ਲਿਆ, ਕਿ ਮੁਹੰਮਦ ਗੌਰੀ ਨੇ ਆਪਦਾ ਲਿਖ ਲਿਆ, ਬੀਬਾ ਜੀ ਰਾਓ ਨੇ ਆਪਦਾ ਲਿਖ ਲਿਆ, ਟੋ ਟੱਪਾ ਚਾਹੁੰਦਾ ਹਰੇਕ ਬੰਦਾ, ਹਰੇਕ ਨੇ ਆਪਦੇ ਨਾਂ ਦਾ ਸਿੱਕਾ ਚਲਾਇਆ। ਪਰ ਇੱਕੋ ਇੱਕ ਰਾਜਾ ਸੀ, ਇੱਕੋ ਇੱਕ ਮਤਲਬ ਸਿੱਖ ਰਾਜ ਹੋਇਆ ਜਿਹਨੇ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਨਾਂ ਦਾ ਸਿੱਕਾ ਨਹੀਂ ਚਲਾਇਆ, ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਿੱਕਾ ਚਲਾਇਆ, ਜਿਹਦੇ ਉੱਪਰ ਲਿਖਿਆ ਹੁੰਦਾ ਅਕਾਲ ਸਹਾਏ ਗੁਰੂ ਨਾਨਕ ਜੀ। ਅਤੇ ਇਹ ਜਿਹੜੇ ਸਿੱਕੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ, ਅਤੇ ਇਹਦੇ ਉੱਪਰ ਪੰਜਾਬੀ ਦੇ ਵਿੱਚ ਲਿਖਿਆ ਅਕਾਲ ਸਹਾਏ ਗੁਰੂ ਨਾਨਕ ਜੀ। ਅਤੇ ਜਿਹੜੇ ਜਿਸ ਤਰ੍ਹਾਂ ਇਹ ਝੰਡੇ ਵਾਲਾ ਸਿੱਕਾ ਦੇਖ ਰਹੇ ਹਾਂ ਆਪਾਂ, ਇਹ ਝੰਡੇ ਵਾਲਾ ਜਿਹੜਾ ਸਿੱਕਾ ਆ, ਇਹ ਸਿੱਕਾ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਫਤਿਹ ਕਰ ਲਿਆ ਸੀ, ਲਾਹੌਰ 'ਤੇ ਕਾਬਜ ਹੋ ਗਏ ਸੀ, ਉਸ ਟਾਈਮ ਮਤਲਬ ਇਹ ਝੰਡੇ ਵਾਲਾ ਸਿੱਕਾ ਜਿਹੜਾ ਉਹ ਜਾਰੀ ਕੀਤਾ। ਜਿਸ ਤਰ੍ਹਾਂ ਇਹ ਤਰਸੂਲ ਵਾਲੇ ਸਿੱਕੇ ਆਪਾਂ ਦੇਖ ਰਹੇ ਹਾਂ, ਇਹ ਤਰਸੂਲ ਵਾਲੇ ਸਿੰਬਲ ਵਾਲਾ ਜਿਹੜਾ ਸਿੱਕਾ ਆ, ਇਹ ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਸੀ, ਸਾਰੇ ਧਰਮਾਂ ਦਾ ਇੱਕੋ ਜਿਹਾ ਸਤਿਕਾਰ ਕਰਦਾ ਸੀ। ਉਹਨਾਂ ਨੇ ਆਪਣੇ ਸਿੱਕਿਆਂ ਦੇ ਉੱਪਰ ਇਬਾਰਤ ਉਹੀ ਲਿਖੀ ਅਕਾਲ ਸਹਾਏ ਗੁਰੂ ਨਾਨਕ ਜੀ, ਦੂਜੇ ਪਾਸੇ ਲਿਖਿਆ ਜਰਬ ਸ੍ਰੀ ਅੰਮ੍ਰਿਤਸਰ ਜੀ। ਇਹਦਾ ਮਤਲਬ ਵੀ ਇਹ ਸਿੱਕਾ ਅਕਾਲ ਸਹਾਏ ਗੁਰੂ ਨਾਨਕ ਜੀ, ਵੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਮੈਂ ਇਹ ਸਿੱਕਾ ਜਰਬ ਸ੍ਰੀ ਅੰਮ੍ਰਿਤਸਰ ਜੀ, ਵੀ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੋਂ ਕੱਢ ਰਿਹਾ। ਅਤੇ ਇਹ ਜਿਹੜਾ ਸਿੱਕਾ ਆ ਇਹਦੇ ਵਿੱਚ ਯਾਨੀ ਕਿ ਤਰਸੂਲ ਦਾ ਨਿਸ਼ਾਨ, ਇਹ ਸਾਰੇ ਧਰਮਾਂ ਦਾ ਜਿਵੇਂ ਕਹਿ ਲਓ ਹਿੰਦੂ ਧਰਮ ਦਾ ਸਤਿਕਾਰ, ਅਤੇ ਜਿਹੜਾ ਫੁੱਲ ਵਾਲਾ ਸਿੱਕਾ ਜਿਹਦਾ ਫੁੱਲ ਸਿੰਬਲ ਬਣਿਆ ਹੋਇਆ, ਇਹ ਫੁੱਲ ਸਿੰਬਲ ਬਣੇ ਹੋਏ ਨੇ, ਇਹ ਫੁੱਲ ਸਿੰਬਲ ਵਾਲਾ ਜਿਹੜਾ ਸਿੱਕਾ ਆ ਇਹਦਾ ਇਹ ਸੰਕੇਤ ਦਿੰਦਾ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹ ਕੁਦਰਤ ਨੂੰ ਵੀ ਪਿਆਰ ਕਰਦਾ ਸੀਗਾ। ਜਿਸ ਤਰ੍ਹਾਂ ਝੰਡੇ ਵਾਲਾ ਸਿੱਕਾ ਲਾਹੌਰ ਫਤਿਹ ਕਰਨ ਤੋਂ ਬਾਅਦ ਕੱਢਿਆ, ਤਰਸੂਲ ਵਾਲਾ ਸਿੱਕਾ ਉਹ ਹਿੰਦੂ ਧਰਮ ਨੂੰ ਜਾਂ ਹੋਰ ਧਰਮਾਂ ਨੂੰ ਵੀ ਸਤਿਕਾਰ ਕਰਦਾ ਸੀ ਉਸ ਸੰਬੰਧ 'ਚ ਕੱਢਿਆ, ਜਿਹੜਾ ਫੁੱਲਾਂ ਵਾਲਾ ਸਿੱਕਾ ਫੁੱਲ ਚਿੰਨ ਵਾਲਾ ਇਹ ਯਾਨੀ ਪ੍ਰਕਿਰਤੀ ਨੂੰ ਪਿਆਰ ਕਰਦਾ ਸੀ। ਅਤੇ ਜਿਹੜਾ ਇੱਧਰ ਆ ਗਿਆ ਕਟਾਰ ਵਾਲਾ ਸਿੱਕਾ, ਇਹ ਕਟਾਰ ਵਾਲਾ ਸਿੱਕਾ ਵੀ ਨਿਕਲਿਆ, ਕਟਾਰ ਵਾਲਾ ਸਿੱਕਾ ਇਹ ਸਿੱਧ ਕਰਦਾ ਵੀ ਮਹਾਰਾਜਾ ਰਣਜੀਤ ਸਿੰਘ ਜੰਗਾਂ ਯੁੱਧਾਂ ਦਾ ਹਥਿਆਰਾਂ ਦਾ ਸ਼ੌਕੀਨ ਵੀ ਸੀਗਾ, ਅਤੇ ਉਹਨਾਂ ਨੇ ਕਟਾਰਾਂ ਦੇ ਸਿੰਬਲ ਵੀ ਇਹਦੇ ਉੱਪਰ ਲਾਏ, ਅਤੇ ਇੱਧਰ ਫੁੱਲ ਪੱਤਿਆਂ ਦੇ ਵੀ ਲਾਏ। ਅਤੇ ਇਸ ਕਰਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਉਸ ਤੋਂ ਵਧੀਆ ਰਾਜ ਅੱਜ ਤੱਕ ਕਦੇ ਹੋਇਆ ਵੀ ਨਹੀਂ, ਨਾ ਹੋਊਗਾ। ਅਤੇ ਰਣਜੀਤ ਸਿੰਘ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਹਾਰਾਜਾ ਦਲੀਪ ਸਿੰਘ ਦੀ, ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਦੇ ਸਿੱਕੇ ਨੇ ਇਹ ਸਾਰੇ। ਮਹਾਰਾਜਾ ਸ਼ੇਰ ਸਿੰਘ ਦੇ ਸਿੱਕਿਆਂ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਮਹਾਰਾਣੀ ਚੰਦ ਕੌਰ, ਮਹਾਰਾਣ ਕਵਰ ਨੌ ਨਿਹਾਲ ਸਿੰਘ, ਮਹਾਰਾਜਾ ਖੜਕ ਸਿੰਘ, ਇਹ ਸਾਰਿਆਂ ਦੇ ਸਿੱਕੇ ਮੇਰੇ ਕੋਲ ਇੱਥੇ ਹੈਗੇ ਨੇ। ਅਤੇ ਇਹ ਸਾਰੇ ਸਿੱਕੇ ਮਤਲਬ ਸਿੱਖ ਰਾਜ ਦਾ ਸਬੂਤ ਨੇ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੇ ਰਾਜ ਵਿੱਚ ਕੋਈ ਵੀ ਬੰਦਾ ਦੁਖੀ ਨਹੀਂ ਹੋਇਆ। ਬਾਕੀ ਰਾਜ ਦੇਖੋ ਮੁਗਲਾਂ ਦੇ ਰਾਜ ਵਿੱਚ ਵੀ ਦੁਖੀ ਸੀ ਲੋਕ, ਬਹੁਤ ਜ਼ਬਰ ਜ਼ੁਲਮ ਹੁੰਦਾ ਰਿਹਾ, ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਤਲਬ ਇਹੋ ਜਿਹਾ ਕੁਛ ਨਹੀਂ ਹੋਇਆ। ਅਤੇ ਇਹਦੇ ਮਹਾਰਾਜਾ ਰਣਜੀਤ ਸਿੰਘ ਦੇ ਮੇਰੇ ਕੋਲ ਲਗਭਗ 200 ਤੋਂ ਵੱਧ ਸਿੱਕਾ ਹੈਗਾ ਆ, ਅਤੇ ਜਿਹਦੇ ਵਿੱਚ ਚਾਂਦੀ ਦੇ ਤਾਂਬੇ ਦੇ ਅਤੇ ਸਿੱਕੇ ਮੇਰੇ ਕੋਲ ਹੈਗੇ ਆ, ਜਿਹਦੇ ਵਿੱਚ ਪੰਜਾਬੀ ਵਾਲੇ ਵੀ ਹੈਗੇ ਆ, ਫਾਰਸੀ ਵਾਲੇ ਵੀ ਹੈਗੇ ਆ,
ਝੰਡਿਆਂ ਵਾਲੇ ਵੀ ਹੈਗੇ ਆ ਤੇ ਜੱਕ ਫਲੂਸ ਵੀ ਹੈਗੇ ਆ ਤੇ ਸਾਰੇ ਸਿੱਕੇ ਅਲੱਗ ਅਲੱਗ ਵੈਰਾਈਟੀ ਦੇ ਮੈਂ ਇਕੱਠੇ ਕੀਤੇ ਨੇ ਜਿਵੇਂ ਸਿੱਕਿਆਂ ਦੇ ਨਾਲ ਨਾਲ ਵੀਰ ਜੀ ਤੁਸੀਂ ਜਿਵੇਂ ਆਹ ਸਿੱਖ ਰਾਜ ਦੇ ਸਿੱਕੇ ਵੀ ਦਿਖਾਏ ਨੇ ਜਾਂ ਮੁਗਲੀਆ ਸੰਤਲਤ ਵੇਲੇ ਦੇ ਸਿੱਕੇ ਤੁਸੀਂ ਦਿਖਾਏ ਨੇ ਟੋਕਨਾਂ ਦਾ ਜ਼ਿਕਰ ਕੀਤਾ ਹੈ ਨਾ ਅਤੇ ਇਹਦੇ ਨਾਲ ਨਾਲ ਫਿਰ ਤੁਸੀਂ ਇਹਦੀ ਨੌਲੇਜ ਵੀ ਲਈ ਹੋਏਗੀ ਹਿਸਟਰੀ ਸਾਰੀ ਹਾਂਜੀ ਹਾਂਜੀ ਬਿਲਕੁਲ ਜੀ ਅਤੇ ਇਹਨਾਂ ਦੀ ਬੁੱਕ ਪੜ੍ਹਦੇ ਰਹਿੰਦੇ ਹਾਂ ਬਾਕੀ ਮੇਰੇ ਉਸਤਾਦ ਸ਼ੇਖ ਇਫਤਖਾਰ ਹੁਸੈਨ ਜੀ ਮਲੇਰਕੋਟਲਾ ਉਹਨਾਂ ਤੋਂ ਮਤਲਬ ਮੈਂ ਸਿੱਖਦਾ ਰਹਿੰਦਾ ਬਾਕੀ ਹੋਰ ਮੇਰੇ ਜਿਹੜੇ ਮਿੱਤਰ ਨੇ ਇਸ ਲਾਈਨ ਨਾਲ ਜਿਹੜੇ ਸੰਬੰਧ ਰੱਖਦੇ ਨੇ ਉਹਨਾਂ ਦੀ ਬਹੁਤ ਮਤਲਬ ਸਪੋਰਟ ਆ ਮੈਨੂੰ ਇਸ ਤਰ੍ਹਾਂ ਕਰਕੇ ਮਤਲਬ ਸਟੈਪ ਬਾਈ ਸਟੈਪ ਮਨਦੀਪ ਸਿੰਘ ਪਹੀੜ ਨੇ ਢਾਡੀ ਜੱਥਾ ਜਿਨ੍ਹਾਂ ਦਾ ਉਹ ਕਾਫੀ ਨੌਲੇਜ ਰੱਖਦੇ ਆ ਅਤੇ ਉਰਦੂ ਅਰਬੀ ਫਾਰਸੀ ਪੜ੍ਹ ਲੈਂਦੇ ਆ ਉਹ ਵੀ ਅਤੇ ਉਹਨਾਂ ਤੋਂ ਮਤਲਬ ਸਪੋਰਟ ਲੈਂਦਾ ਰਹਿੰਦਾ ਅਤੇ ਮੇਨ ਇਹ ਆ ਵੀ ਪਹਿਲਾਂ ਮੈਂ ਸਿੱਕੇ ਇਕੱਠੇ ਕਰਦਾ ਸੀ ਸਿਰਫ ਮੈਂ ਐਂ ਕਹਿ ਲਓ ਵੀ ਸਿੱਕੇ ਇਕੱਠੇ ਕਰਦਾ ਸੀ ਕਿਸੇ ਨੂੰ ਦਿਖਾਉਂਦਾ ਨਹੀਂ ਸੀ ਅਤੇ ਫਿਰ ਇੱਕ ਦਿਨ ਲਗਭਗ ਐਂ ਕਹਿ ਲਈਏ ਵੀ 12-13 ਸਾਲ ਪਹਿਲਾਂ ਦੀ ਗੱਲ ਆ ਅਤੇ ਮੇਰੇ ਟੀਚਰ ਮਾਸਟਰ ਸੁਰੇਸ਼ ਜੈਨ ਜੀ ਪੰਜਾਬੀ ਟੀਚਰ ਨੇ ਅਤੇ ਮੈਂ ਉਹਨਾਂ ਕੋਲ ਪੰਜਾਬੀ ਪੜ੍ਹਿਆ ਇੱਥੇ ਅਹਿਮਦਗੜ੍ਹ ਗਾਂਧੀ ਸਕੂਲ ਦੇ ਵਿੱਚ ਅਤੇ ਉਹਨਾਂ ਦੇ ਨਾਲ ਗੁਆਂਢ 'ਚ ਮੈਂ ਕੰਮ ਕਰਦਾ ਸੀ ਅਤੇ ਮੈਨੂੰ ਉਹਨਾਂ ਨੇ ਇੱਕ ਇਨਵੀਟੇਸ਼ਨ ਦਿੱਤਾ ਕਹਿੰਦੇ ਪਰਮਿੰਦਰ ਵੀ ਅਸੀਂ ਮਾਂ ਬੋਲੀ ਪੰਜਾਬੀ ਦਿਵਸ ਮਨਾ ਰਹੇ ਹਾਂ ਵੀ ਤੂੰ ਜ਼ਰੂਰ ਆਈ ਉਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਅਤੇ ਮੈਂ ਹੱਸਣ ਲੱਗ ਗਿਆ ਮੈਂ ਕਿਹਾ ਸਰ ਵੀ ਮੇਰੇ ਕੋਲ ਸਿੱਕੇ ਨੇ ਵੀ ਆਪਾਂ ਉੱਥੇ ਪ੍ਰਦਰਸ਼ਨੀ ਲਾਈਏ ਵੀ ਉੱਥੇ ਡਿਸਪਲੇ ਕਰ ਦਈਏ ਵੀ ਬੱਚੇ ਉੱਥੇ ਆਉਣਗੇ ਇੰਨੇ ਸਕੂਲ ਨਾਲ ਪੰਜਾਬ ਭਰ 'ਤੇ ਪੰਜਾਬ ਲੈਵਲ 'ਤੇ ਕੰਪੀਟੀਸ਼ਨ ਰੱਖਿਆ ਸੀ ਉਹਨਾਂ ਨੇ ਅਤੇ ਮਾਂ ਬੋਲੀ ਦਿਵਸ ਦੇ ਉੱਪਰ ਮੈਨੂੰ ਕਹਿੰਦੇ ਵੀ ਤੂੰ ਲਾ ਲਾ ਅਤੇ ਉਹਨਾਂ ਨੇ ਜੀ ਮੇਰਾ ਸਾਰਾ ਸਿੱਕਿਆਂ ਦਾ ਜਿੰਨਾ ਸਮਾਨ ਸੀ ਉੱਥੇ ਲਾਉਣ ਜਦੋਂ ਲੱਗਿਆ ਮੈਨੂੰ ਹੈਰਾਨ ਹੋ ਕੇ ਦੇਖ ਕੇ ਕਹਿੰਦੇ ਵੀ ਤੇਰੇ ਕੋਲ ਇੰਨਾ ਕੁਛ ਆ ਤੂੰ ਕਹਿੰਦੇ ਕਦੇ ਦੱਸਿਆ ਹੀ ਨਹੀਂ ਮੈਂ ਕਿਹਾ ਜੀ ਬਈ ਮੈਂ ਇਕੱਠੇ ਜ਼ਰੂਰ ਕਰਦਾ ਸੀ ਪਰ ਕਦੇ ਲਾਏ ਨਹੀਂ ਸੀ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਤੂੰ ਸਾਂਭਣਾ ਤਾਂ ਹੈਗਾ ਹੀ ਆ ਵੀ ਇਹ ਨਾ ਹੋਵੇ ਵੀ ਜਿੰਦੇ ਚਲਾ ਕੇ ਘਰ ਰੱਖ ਲਵੀਂ ਵੀ ਇਹਨਾਂ ਚੀਜ਼ਾਂ ਨੂੰ ਤਾਂ ਬੱਚਿਆਂ ਨੂੰ ਦਿਖਾਇਆ ਕਰ ਵੀ ਜਿਵੇਂ ਅੱਜ ਤੂੰ ਲੈ ਕੇ ਆਇਆ ਤਾਂ ਅੱਗੇ ਨੂੰ ਵੀ ਪ੍ਰਦਰਸ਼ਨੀ ਲਾਇਆ ਕਰ ਅਤੇ ਉਹ ਦਿਨ ਅਤੇ ਅੱਜ ਦਾ ਦਿਨ ਚੱਲ ਸੋ ਚੱਲ ਅਤੇ ਹੁਣ ਤੱਕ 183 ਐਗਜੀਬਿਸ਼ਨ ਲਾ ਚੁੱਕੇ ਹਾਂ ਕਿ ਅਤੇ ਆਲ ਓਵਰ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵੱਧ ਐਗਜੀਬਿਸ਼ਨ ਮੇਰੀਆਂ ਨੇ ਜੀ ਅਤੇ ਮੇਨ ਬਸ ਇਹੀ ਆ ਵੀ ਕੁਛ ਵੀ ਆਪਣੇ ਕੋਲ ਇਕੱਠਾ ਕੀਤਾ ਹੋਇਆ ਹੈਗਾ ਅਤੇ ਉਹ ਆਪਾਂ ਫਿਰ ਬੱਚਿਆਂ ਨੂੰ ਦਿਖਾਉਂਦੇ ਹਾਂ ਬੱਚਿਆਂ ਨੂੰ ਉਹਦੇ ਬਾਰੇ ਨੌਲੇਜ ਦਿੰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਉਹਨਾਂ ਦੀ ਸਖਤ ਮਿਹਨਤ ਹੈ ਅਤੇ ਸਖਤ ਮਿਹਨਤ ਦੇ ਨਾਲ ਇਹ ਸਿੱਕੇ ਇਕੱਠੇ ਕੀਤੇ ਨੇ ਕੋਈ ਛੋਟੀ ਗੱਲ ਨਹੀਂ ਹਜ਼ਾਰਾਂ ਸਾਲ ਸਾਨੂੰ ਪਿੱਛੇ ਲੈ ਜਾਣਾ ਅਤੇ ਹਜ਼ਾਰਾਂ ਹੀ ਇਸ ਤਰ੍ਹਾਂ ਸਿੱਕੇ ਇਕੱਠੇ ਕਰਨੇ ਬੜੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਰ ਵੀ ਅਗਲੇ ਐਪੀਸੋਡ ਦੇ ਵਿੱਚ ਵੀਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਨਵੇਕਲੀਆਂ ਹੋਰ ਚੀਜ਼ਾਂ ਦੇ ਨਾਲ ਕੁਝ ਧਾਰਮਿਕ ਗ੍ਰੰਥ ਜਿਹੜੇ ਨਵੇਕਲੇ ਢੰਗ ਦੇ ਨਾਲ ਵੀਰ ਜੀ ਨੇ ਸੰਭਾਲ ਕੇ ਰੱਖੇ ਨੇ ਕੁਝ ਹਥਿਆਰ ਪੁਰਾਤਨ ਹਥਿਆਰ ਉਹ ਵੀ ਤੁਹਾਨੂੰ ਨਾਲ ਹੀ ਦਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਸੁਰਖਾਵ ਟੀਵੀ 'ਤੇ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ